ਡਾਕਟਰ ਦਿਲੀਪ ਕੌਰ ਟਿਵਾਨ ਦਾ ਨੋਵਲ ਪਰ ਸਰਵਰ ਦਾ ਪੰਜਵਾਂ ਅੰਗ ਜਿਸ ਦਿਨ ਦੀਪਕ ਦਾ 12ਵੀਂ ਜਮਾਤ ਦਾ ਰਿਜ਼ਲਟ ਆਇਆ ਸੀ ਉਹਦੀ ਥਰਡ ਵਿਜ਼ਨ ਵੇ ਕੇਂਦਰਾ ਅੱਗ ਬਬੂਲਾ ਹੋ ਗਈ ਉਹ ਰੋ ਵੀ ਰਹੀ ਸੀ ਤੇ ਦੀਪਕ ਨੂੰ ਕੋਸ ਵੀ ਰਹੀ ਸੀ ਉਹ ਆਖ ਰਹੀ ਸੀ 10ਵੇਂ ਚੋਂ 92 ਪਰਸੈਂਟ ਨੰਬਰ ਲੈ ਕੇ ਹੁਣ ਕੀ ਤੈਨੂੰ ਮੌਤ ਪੈ ਗਈ ਹੁਣ ਪੜ੍ਹਾਈ ਕਰਨੀ ਧਿਆਨ ਹੀ ਨਹੀਂ ਪੜ੍ਹਾਈ ਤਾਂ ਕੀ ਕਿਸੇ ਗੱਲ ਵੱਲ ਵੀ ਤੇਰਾ ਧਿਆਨ ਨਹੀਂ ਨਾਈਟ ਸੂਟ ਚ ਬਾਹਰ ਚਲੇ ਜਾਉ ਰੋਟੀ ਵੇਲੇ ਰੋਟੀ ਨਹੀਂ ਖਾਣੀ ਆਪ ਦਾ ਤੇਰਾ ਡੈਡੀ ਲੰਘ ਗਿਆ ਸੁਖਾਲਾ ਤੇਰੇ ਵਰਗੇ ਭੂਤਨੇ ਨੂੰ ਮੇਰੇ ਗਲ ਪਾ ਗਿਆ ਪੜੇਗਾ ਨਹੀਂ ਤਾਂ ਕੀ ਚਪੜਾਸੀ ਲੱਗੇਗਾ ਜਾਂ ਫਿਰ ਰੇੜੀ ਲਾਏਗਾ ਦੀਪਕ ਅੱਗੋਂ ਕੋਈ ਉੱਤਰ ਨਹੀਂ ਸੀ ਦੇ ਰਿਹਾ ਹੁਣ ਤੈਨੂੰ ਕਿਸੇ ਕਾਲਜ ਚ ਦਾਖਲਾ ਨਹੀਂ ਮਿਲਣਾ ਪਿਓ ਤਾਂ ਵੱਡੇ ਦਾ ਵੀ ਮਰਿਆ ਉਹ ਤਾਂ ਤੇਰੇ ਵਾਂਗ ਨਲਾਇਕ ਨਹੀਂ ਬਣਿਆ ਸੋ ਗੋਗੇ ਨਾਲੋਂ ਵੀ ਜ਼ੋਰ ਲਾ ਕੇ ਪੜਾਈ ਕਰ ਰਿਹਾ ਵੱਡਾ ਜਿਸ ਦਫਤਰ ਚ ਅਫਸਰ ਲੱਗੇਗਾ ਤੂੰ ਉਥੇ ਚਪੜਾਸੀ ਲੱਗ ਜੀ ਨਹੀਂ ਤਾਂ ਰਿਕਸ਼ਾ ਚਲਾ ਲਿਆ ਕਰ ਇੰਦਰਾ ਬੋਲੀ ਜਾ ਰਹੀ ਸੀ ਇੰਦਰਾ ਦੀਆਂ ਸਾਰੀਆਂ ਗੱਲਾਂ ਦੀਪਕ ਦੇ ਵਿੱਚੋਂ ਹੀ ਲੰਘ ਰਹੀਆਂ ਸਨ ਉਹਨੂੰ ਡੈਡੀ ਮੁੜ ਮੁੜ ਯਾਦ ਆਉਂਦੇ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹ ਕੀ ਕਰੇ ਇੱਕ ਦਿਨ ਉਹ ਸਾਰਾ ਦਿਨ ਬਾਗ ਚ ਥੜੇ ਤੇ ਬੈਠਾ ਰਿਹਾ ਬਿਨਾ ਕੁਝ ਖਾਦੇ ਪੀਤੇ ਸੁੰਨਿਆਂ ਵਾਂਗ ਆਲੇ ਦੁਆਲੇ ਝਾਕਦਾ ਰਿਹਾ ਆਥਨੇ ਜਦੋਂ ਘਰ ਗਿਆ ਤਾਂ ਇੰਦਰਾ ਚਈ ਲੈ ਕੇ ਪਈ ਅੱਖਣ ਲੱਗੇ ਆ ਗਿਆ ਬਾਰੋਂ ਧੱਕੇ ਖਾ ਕੇ ਸਾਰਾ ਦਿਨ ਕਿੱਥੇ ਰਿਹਾ ਤੂੰ ਇਹ ਫਿਕਰ ਕਰ ਗਾਂਹਾਂ 'ਚ ਕੋਈ ਦਾਖਲਾ ਨਾ ਮਿਲਿਆ ਤਾਂ ਕੀ ਕਰੇਗਾ ਕਿਹੜੇ ਖੂਚ ਡਿੱਗੇਗਾ ਪਿਓ ਤਾਂ ਤੁਹਾਡਾ ਬੈਠਾ ਨਹੀਂ ਵੀ ਵਿਹਲੇ ਨੂੰ ਖੁਆਈ ਜਾਊ ਦੀਪਕ ਨੇ ਕੋਈ ਉੱਤਰ ਨਾ ਦਿੱਤਾ ਉਹਦੀ ਖੋਜ ਹੀ ਪਈ ਉਹਨੇ ਪਾਣੀ ਦਾ ਇੱਕ ਗਲਾਸ ਪੀਤਾ ਰੋਟੀ ਵਾਲਾ ਡੱਬਾ ਦੇਖਿਆ ਖਾਲੀ ਪਿਆ ਸੀ ਫਿਰ ਉਹਨੇ ਫ੍ਰਿਜ ਖੋਲ੍ਹਿਆ ਉਸ 'ਚ ਥੋੜੀਆਂ ਨੀਆਂ ਕੱਚੀਆਂ ਸਬਜ਼ੀਆਂ ਡੇਟ ਲੰਗੀ ਹੋਈ ਸੌਸ ਦੀ ਸ਼ੀਸ਼ੀ ਇੱਕ ਦੋ ਬਹਿੰਆਂ ਦਾਲ ਸਬਜ਼ੀਆਂ ਦੀਪਕ ਨੂੰ ਖਿਆਲ ਆਇਆ ਕਿ ਫਰੂਟ ਤਾਂ ਹਮੇਸ਼ਾ ਡੈਡੀ ਲਿਆਉਂਦੇ ਹੁੰਦੇ ਸੀ ਕੁਰਸੀ ਤੇ ਬੈਠਦਿਆਂ ਦੀਪਕ ਨੇ ਮਾਂ ਨੂੰ ਕਿਹਾ ਮਮਾ ਮੈਨੂੰ ਗਿਟਾਰ ਲੈ ਦਿਓ ਇੰਦਰਾ ਉਸ ਵੱਲ ਕੌੜ ਕੇ ਝਾਕੀ ਤੇ ਆਖਣ ਲੱਗੀ ਹੁਣ ਤੇਰਾ ਡੈਡੀ ਨਹੀਂ ਬੈਠਾ ਵੀ ਜਿਹੜੀ ਚੀਜ਼ ਮੂੰਹ ਕੱਢੇਗਾ ਮਿਲ ਜਾਏਗੀ ਦੀਪਕ ਨੂੰ ਲੱਗਿਆ ਕਿ ਸੱਚਮੁੱਚ ਹੀ ਕੀ ਅਸੀਂ ਐਡੇ ਗਰੀਬ ਹੋ ਗਏ ਉਹਨੇ ਅੰਦਰ ਜਾ ਕੇ ਮਾਂ ਦੇ ਸਹਰਾਣਿਓ ਪੱਤੇ ਵਿੱਚੋਂ ਨੀਂਦ ਵਾਲੀਆਂ ਗੋਲੀਆਂ ਕੱਢੀਆਂ ਤੇ ਬਾਥਰੂਮ 'ਚ ਜਾ ਕੇ ਪਾਣੀ ਨਾਲ ਗੋਲੀਆਂ ਅੰਦਰ ਨਿਕਲ ਲਈਆਂ ਫਿਰ ਕਮਰੇ ਅੰਦਰ ਜਾ ਕੇ ਪੈ ਗਿਆ ਥੋੜੀ ਦੇਰ ਮਗਰੋਂ ਨੂੰ ਲੱਗਿਆ ਜਿਵੇਂ ਉਹ ਠੰਡੇ ਪਾਣੀ ਚ ਹੌਲੀ-ਹੌਲੀ ਡੁੱਬ ਰਿਹਾ ਹੋਵੇ ਰਾਤ ਦੀ ਰੋਟੀ ਵੇਲੇ ਗਿੰਦਾ ਰਾਮ ਨੇ ਇੰਦਰਾ ਨੂੰ ਆਖਿਆ ਕਿ ਉਹ ਛੋਟੇ 바ਵਾ ਨੂੰ ਖਾਣੇ ਤੇ ਬੁਲਾ ਲੈਣ ਉਹ ਕਮਾਈ ਕਰਕੇ ਨਹੀਂ ਆਇਆ ਸਾਰਾ ਦਿਨ ਪਤਾ ਨਹੀਂ ਕਿੱਥੇ ਆਵਾਰਾ ਗਰਦੀ ਕਰਦਾ ਰਿਹਾ ਆਪੇ ਆ ਜੂਗਾ ਜਦੋਂ ਭੁੱਖ ਲੱਗੇ ਇੰਦਰਾ ਖਿੱਚ ਕੇ ਬੋਲੀ ਇਹਨੇ ਨੂੰ ਦਿੱਲੀ ਤੋਂ ਵੱਡੇ ਬੇਟੇ ਹਰਜੋਤ ਦਾ ਫੋਨ ਆ ਗਿਆ ਉਹ ਇੰਦਰਾ ਨੂੰ ਕਹਿ ਰਿਹਾ ਸੀ ਮੈਨੂੰ ਮੈਰਿਟ ਸਕਾਲਰਸ਼ਿਪ ਮਿਲ ਗਿਆ ਹੁਣ ਤੁਹਾਨੂੰ ਮੇਰੀ ਚਿੰਤਾ ਕਰਨ ਦੀ ਲੋੜ ਨਹੀਂ ਬਸ ਦੀਪਕ ਦੀ ਚਿੰਤਾ ਕਰੋ ਦੀਪਕ ਦਾ ਕੀ ਸੁਆ ਖਿਆਲ ਰੱਖਾਂ ਇਹਨੂੰ ਖਬਰੇ ਕੀ ਹੋਇਆ ਬੇਵਕੂਫਾਂ ਵਾਂਗ ਹਰੇਕ ਦੇ ਮੂੰਹ ਹਲ ਝਾਕਦਾ ਰਹਿੰਦਾ ਮੈਨੂੰ ਤਾਂ ਚਿੰਤਾ ਇਹ ਲੱਗੀ ਹੋਈ ਹੈ ਵੀ 3rd ਵਿਜ਼ਨ ਨਾਲੇ ਅੱਗੇ ਕੀ ਕਰ ਲਵਾਂ ਮੈਂ ਸੋਚਦੀ ਆਂ ਇਦੋਂ ਤਾਂ ਇਹਨੂੰ ਫੌਜ ਦੀ ਭਰਤੀ ਕਰਾ ਦੇ ਆਂ ਇੰਦਰਾ ਨੇ ਕਿਹਾ ਨਹੀਂ ਮੰਮਾ ਲੋਕ ਕੀ ਆਖਣਗੇ ਨਾਲੇ ਦੀਪਕ ਫੌਜ ਦੀ ਨੌਕਰੀ ਕਰਨ ਜੋਗਾ ਨਹੀਂ ਉਹ ਤਾਂ ਮੈਨੂੰ ਆਖਦਾ ਹੁੰਦਾ ਸੀ ਕਿ ਮੇਰਾ ਤਾਂ ਜੀ ਇਵੇਂ ਕਰਦਾ ਹੈ ਕਿ ਮੈਂ ਇੱਕ ਵੱਡਾ 뮤జిਸ਼ੀਅਨ ਬਣਾ ਮੇਰਾ ਹਰ ਵੇਲੇ 뮤직 ਸੁਣਨ ਨੂੰ ਦਿਲ ਕਰਦਾ ਉਹਨੇ ਕਿਹਾ ਇਹ ਸੁਣ ਕੇ ਇੰਦਰਾ ਹੋਰ ਖਿੱਚ ਗਈ ਤੇ ਕਹਿਣ ਲੱਗੀ ਉਹ ਕੋਈ ਮਹਾਰਾਜੇ ਦਾ ਪੁੱਤ ਹੈ ਹੁਣ ਤਾਂ ਉਹਦੇ ਡੈਡੀ ਵੀ ਨਹੀਂ ਰਹੇ ਗੁਜ਼ਾਰਾ ਤਾਂ ਪਹਿਲਾਂ ਹੀ ਔਖਾ ਚੱਲਦਾ ਪਿਆ ਨਹੀਂ ਮੰਮਾ ਡੈਡੀ ਦੀ ਜ਼ਮੀਨ ਹੈ ਆਪਣੀ ਕੋਠੀ ਹੈ ਤੇ ਪੈਨਸ਼ਨ ਵੀ ਆਊਗੀ ਕੋਰਸ ਪੂਰਾ ਕਰਕੇ ਮੈਂ ਵੀ ਨੌਕਰੀ ਤੇ ਲੱਗ ਜਾਊਂਗਾ ਤੇ ਦੀਪਕ ਨੂੰ ਨਾ ਨਾ ਕਦੇ ਇਹ ਗੱਲਾਂ ਆਖਣਾ ਉਹ ਬਹੁਤ ਭਾਵੁਕ ਕਿਸਮ ਦਾ ਹੈ ਇਹ ਕਹਿ ਕੇ ਉਹਨੇ ਫੋਨ ਬੰਦ ਕਰ ਦਿੱਤਾ ਦੀਪਕ ਨੇ ਇੱਕ ਦੋ ਥਾਵਾਂ ਤੇ ਦਾਖਲੇ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਨੰਬਰ ਹੀ ਬੜੇ ਸਨ ਉਹਦਾ ਕਿਤੇ ਵੀ ਦਾਖਲਾ ਨਾ ਹੋਇਆ ਫਿਰ ਉਹ ਉਦਾਸ ਹੋ ਕੇ ਘਰ ਬੈਠ ਗਿਆ ਮਾਂ ਉਹਦੀ ਸਵੇਰੇ ਨੌਕਰੀ ਤੇ ਜਾਂਦੀ ਤੇ ਆਥਣੇ ਮੁੜਦੀ ਸਾਰਾ ਦਿਨ ਉਹ ਘਰ ਚ ਇਕੱਲਾ ਬੈਠਾ ਰਹਿੰਦਾ ਇੰਦਰਾ ਗੱਲ ਗੱਲ ਤੇ ਉਹਨੂੰ ਆਖਦੀ ਰਹਿੰਦੀ ਕਿ ਹੋਰ ਨਹੀਂ ਤਾਂ ਕੋਈ ਕੰਮ ਹੀ ਸਿੱਖ ਲੈ ਕੰਪਿਊਟਰਾਂ ਦੀ ਦੁਕਾਨ ਖੋਲ ਲੈ ਲੋਕਾਂ ਨੂੰ ਕੰਪਿਊਟਰ ਸਿਖਾ ਦਿਆ ਕਰੀ ਜਾਂ ਕਿਸੇ ਮਾਲ ਚ ਸੇਲਜ਼ ਮੈਨ ਨਹੀਂ ਲੱਗ ਜਾ ਨਹੀਂ ਤਾਂ ਆਲੇ ਦੁਆਲੇ ਦੇ ਬੱਚਿਆਂ ਨੂੰ ਟਿਊਸ਼ਨ ਪੜਾ ਦਿਆ ਕਰ ਕਿਸੇ ਪਾਸੇ ਤਾਂ ਲੱਗ ਚਾਰ ਪੈਸੇ ਆਉਣਗੇ ਹੁਣ ਪਿਓ ਵੇਲੇ ਦੀਆਂ ਗੱਲਾਂ ਛੱਡ ਦੇ ਬਈ ਉਹ ਤੈਨੂੰ ਅਫਸਰ ਬਣਾਊਗਾ ਜਾਂ ਕਿਸੇ ਬਾਹਰਲੇ ਮੁਲਕ ਪੜਨ ਭੇਜੂਗਾ ਨਾਲੇ ਇਹ ਵੀ ਸੁਣ ਲੈ ਸਾਰੀ ਉਮਰ ਤੈਨੂੰ ਵਿਹਲੇ ਨੂੰ ਸਿਰ ਤੇ ਨਹੀਂ ਬਿਠਾ ਸਕਦੀ ਮਾਂ ਦੀਆਂ ਇਹ ਗੱਲਾਂ ਦੀਪਕ ਨੂੰ ਬੇਚੈਨ ਕਰਦੀਆਂ ਰਹਿੰਦੀਆਂ ਇਨਾਂ ਹੀ ਦਿਨਾਂ ਚ ਬੇਜੀ ਬੇਜੀ ਪਿੰਡੋਂ ਆਏ ਦੀਪਕ ਨੂੰ ਗਲੇ ਲਗਾ ਕੇ ਬਹੁਤ ਰੋਏ ਤੇ ਕਹਿਣ ਲੱਗੀ ਫੁੱਲਾਂ ਵਰਗੇ ਰੱਖੇ ਜਵਾਕ ਦਾ ਕੀ ਹਾਲ ਹੋਇਆ ਪਿਆ ਤੂੰ ਲੱਗ ਜਾ ਜਿੱਥੇ ਪੜਨ ਲੱਗਣਾ ਪੈਸੇ ਮੈਂ ਭੇਜ ਦਿਆ ਕਰਾਂਗੀ ਦੀਪਕ ਦੀ ਥਾਂ ਇੰਦਰਾ ਕਹਿਣ ਲੱਗੀ ਪੜਨ ਜੋਗੇ ਤਾਂ ਇਹਦੇ ਨੰਬਰ ਨਹੀਂ ਆਏ ਪੁੱਛ ਲੋ ਇਹਨੂੰ ਹੋਰ ਕੀ ਕੰਮ ਕਰੂਗਾ ਬੇਜੀ ਨੇ ਕਿਹਾ ਕੋਈ ਠੇਕਾ ਲੈ ਲਵੇ ਮੋਰੇ ਬੰਦੇ ਰੱਖ ਲਵੇ ਇੰਦਰਾ ਕੌੜ ਕੇ ਉਹਨਾਂ ਵੱਲ ਝਾਕੀ ਕਹਿਣ ਲੱਗੀ ਆਪਣੇ ਕੰਮ ਲੱਖਾਂ ਰੁਪਈਆਂ ਨਾਲ ਖੁੱਲਦੇ ਨੇ ਹੈਗੇ ਉਹਦੇ ਕੋਲ ਜਾਂ ਤਾਂ ਜ਼ਮੀਨ ਵੇਚ ਕੇ ਏਜੰਸੀ ਲੈ ਦਿਓ 베ਜੀ ਕਹਿਣ ਲੱਗੇ ਨਾ ਸਾਊ ਜ਼ਮੀਨ ਬਿਨਾ ਤਾਂ ਬੰਦਾ ਲਾਗੀਆਂ ਤੱਥੀਆਂ ਵਰਗਾ ਬਣ ਜਾਂਦਾ ਚੱਲ ਮੇਰੇ ਸ਼ੇਰ ਪੁੱਤ ਮੇਰੇ ਨਾਲ ਪਿੰਡ ਚੱਲ ਆਪਾਂ ਸਲਾਹ ਕਰ ਲੈਨੇ ਇੰਦਰਾ ਖਿਜ ਕੇ ਆਖਣ ਲੱਗੇ ਏਜੰਸੀ ਨਹੀਂ ਤੇ ਰੇੜੀ ਲਗਵਾ ਦਿਓ 베ਜੀ ਬਹੁਤ ਉਦਾਸ ਅਗਲੇ ਦਿਨ ਆਪਣੇ ਪਿੰਡ ਨੂੰ ਮੁੜ ਗਏ ਦੀਪਕ ਨੂ ਇੰਦਰਾ ਨੇ 베ਜੀ ਨਾਲ ਨਹੀਂ ਜਾਣ ਦਿੱਤਾ ਵੀ ਕੀ ਉੱਥੇ ਇਹ ਡੰਗਰ ਚਾਰਿਆ ਕਰੂਗਾ ਬੇਜੀ ਸਾਰੇ ਰਾਹ ਹਰਜੀਤ ਨੂੰ ਯਾਦ ਕਰ ਕਰ ਰੋਂਦੇ ਰਹੇ ਅੰਗ 6 ਕੁਲਦੀਪ ਆਪ ਭਾਵੇਂ ਰੁਲਿਆ ਪਿਆ ਸੀ ਫਿਰ ਵੀ ਉਹਨੂੰ ਦੀਪਕ ਦਾ ਹੀ ਖਿਆਲ ਆਇਆ ਕਿ ਉਹਨੇ ਪਾਸਪੋਰਟ ਬਣਾ ਕੇ ਮੈਨੂੰ ਦੱਸਿਆ ਕਿਉਂ ਨਹੀਂ ਇੱਧਰ ਆ ਕੇ ਬੰਦਾ ਕੋਈ ਵੀ ਕੰਮ ਕਰ ਸਕਦਾ ਹੈ ਇੱਧਰ ਕੋਈ ਵੀ ਕੰਮ ਕਰਦੇ ਸੰਗ ਨਹੀਂ ਲੱਗਦੇ ਹੁਣ ਅੰਕੁਰ ਵੀ ਤਾਂ ਦੀਪਕ ਦੇ ਹਾਂ ਦਾ ਹੀ ਹੈ ਤੇ ਉਹ ਪੜ੍ਹਾਈ ਛੱਡ ਕੇ ਸਟੋਰ 'ਚ ਕੰਮ ਕਰਨ ਲੱਗ ਪਿਆ ਅਜੇ 4 ਮਹੀਨੇ ਹੋਏ ਸੀ ਕੁਲਦੀਪ ਨੂੰ ਇੰਡੀਆ ਹੋ ਕੇ ਆਏ ਨੂੰ ਜਦੋਂ ਉਹਨੂੰ ਦੀਪਕ ਦੇ ਭੋਗ ਦਾ ਕਾਰਡ ਮਿਲਿਆ ਇਹ ਦੇਖ ਕੇ ਤਾਂ ਉਹਦਾ ਕਾਲਜਾ ਹਿੱਲ ਗਿਆ ਉਹ ਜਿਵੇਂ ਭੈ ਪੀਤ ਹੋ ਗਿਆ ਸੀ ਉਹਨੇ ਘਰ 'ਚ ਇਹ ਗੱਲ ਕਿਸੇ ਨੂੰ ਨਾ ਦੱਸੀ ਉਹ ਸੋਚਦਾ ਕਿਸੇ ਨੇ ਕੁਝ ਕਰਤਾ ਸਕਣਾ ਨਹੀਂ ਬਾਧੂ ਅਪਸੈਟ ਹੋਣਗੇ ਸਾਰੇ ਜਣੇ ਘਰ 'ਚ ਪਹਿਲਾਂ ਹੀ ਸੁਰਿੰਦਰ ਦੇ ਮਾਪਿਆਂ ਕਰਕੇ ਬਿਮਾਰ ਵਾਤਾਵਰਨ ਬਣਿਆ ਬਣਿਆ ਹੋਇਆ ਸੁਰਿੰਦਰ ਹਰ ਵੇਲੇ ਉਹਨਾਂ ਦੀ ਦੇਖਭਾਲ 'ਚ ਰੁੱਝੀ ਰਹਿੰਦੀ ਹੈ ਕਿਹੜੇ ਵੇਲੇ ਦਵਾਈ ਦੇਣੀ ਕਿਹੜੇ ਵੇਲੇ ਖਾਣਾ ਦੇਣਾ ਬਾਕੀ ਘਰਦਿਆਂ ਲਈ ਕੀ ਖਾਣਾ ਬਣਾਉਣਾ ਇਸ 'ਚ ਉਲਝੀ ਰਹਿੰਦੀ ਹੈ ਬੇਟੀ ਸਵੇਰੇ ਕਾਲਜ ਜਾ ਕੇ ਆਥਣੇ ਘਰ ਮੁੜਦੀ ਹੈ ਕਾਲਜ ਦੂਰ ਹੁਣ ਕਰਕੇ ਘੰਟਾ ਆਉਣ ਜਾਣ ਦਾ ਬੱਸਟ ਲੱਗ ਜਾਂਦਾ ਹੈ ਅੰਕੁਰ ਨੌਕਰੀ ਲਈ ਸਟੋਰੀ ਬਦਲਦਾ ਰਹਿੰਦਾ ਹੈ ਹਾਰ ਕੇ ਉਹਨੂੰ ਇੱਕ ਇੰਡੀਅਨ ਸਟੋਰ 'ਚ ਲਗਾਇਆ ਜਿਹੜੇ ਪੈਸੇ ਤਾਂ ਭਾਵੇਂ ਘਟ ਦਿੰਦੇ ਨੇ ਪਰ ਅੰਕੁਰ ਦੇ ਕੰਮ 'ਚ ਬਹੁਤੀ ਮੀਨਮੇਕ ਨਹੀਂ ਕੱਢਦੇ ਕੁਲਦੀਪ ਦਾ ਇੱਕ ਮਨ ਹੋਇਆ ਕਿ ਉਹ ਦੀਪਕ ਦੇ ਭੋਗ ਤੇ ਇੰਡੀਆ ਜਾਵੇ ਪਰ ਕੁਝ ਮਹੀਨੇ ਪਹਿਲਾਂ ਅਜੇ ਇੰਡੀਆ ਜਾ ਕੇ ਤਾਂ ਆਇਆ ਸੀ ਕਿਰਾਏ ਲਈ ਵੀ ਕਾਫੀ ਪੈਸੇ ਚਾਹੀਦੇ ਨੇ ਹਾਰ ਕੇ ਇੱਕ ਪੱਬ ਚ ਬੈਠ ਕੇ ਇੰਦਰਾ ਨੂੰ ਫੋਨ ਕੀਤਾ ਤੇ ਪੁੱਛਿਆ ਦੀਪਕ ਨੂੰ ਕੀ ਹੋਇਆ ਸੀ ਸੁਸਾਈਸਾਈਡ ਉਹਦੋਂ ਜਵਾਬ ਆਇਆ ਕੁਲਦੀਪ ਦਾ ਜੀ ਕੀਤਾ ਇੰਡੀਆ ਜਾ ਕੇ ਉਹ ਇੰਦਰਾ ਦੇ ਗੋਲੀ ਮਾਰੇ ਜਿਹੜੀ ਪਹਿਲਾਂ ਹਰਜੀਤ ਨੂੰ ਖਾ ਗਈ ਹੁਣ ਦੀਪਕ ਨੂੰ ਖਾ ਗਈ ਉਹ ਮੰਨ ਲਈ ਤਿਆਰੀ ਨਹੀਂ ਸੀ ਕਿ ਹਰਜੀਤ ਦਾ ਐਕਸੀਡੈਂਟ ਹੋਇਆ ਸੀ ਤੇ ਦੀਪਕ ਨੇ ਆਤਮ ਹੱਤਿਆ ਕੀਤੀ ਸੀ ਇਹ ਤਾਂ ਸਤਾ ਤੇ ਦਿਸਦੀਆਂ ਗੱਲਾਂ ਸਨ ਸਤਾ ਦੇ ਹੇਠਾਂ ਕੀ ਕੁਝ ਵਾਪਰਿਆ ਕਿਵੇਂ ਵਾਪਰਿਆ ਸੀ ਉਪਰਤਖ ਦੇਖ ਸਕਦਾ ਸੀ ਵਿਆਹ ਕਰਨ ਵਾਲੇ ਅਸੀਂ ਵੇਲੇ ਅਸੀਂ ਸਿਰਫ ਦਿਸਦੇ ਤੱਕ ਹੀ ਸੀਮਤ ਹੋ ਜਾਂਦੇ ਹਾਂ ਦਿਸਦਾ ਤਾਂ ਸਤਾ ਦੇ ਉੱਪਰਲਾ ਜੋ ਆਈਸਬਰਗ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ ਅਸਲੀ ਆਪਾ ਤਾਂ ਸਤਾ ਦੇ ਹੀਟ ਲਈ ਹੁੰਦਾ ਜਿਹੜਾ ਤੁਹਾਡੇ ਲਈ ਹੋਣੀਆਂ ਹਨ ਹੋਣੀਆਂ ਦਾ ਕਾਰਨ ਬਣਦਾ ਸ਼ਾਇਦ ਇਸੇ ਲਈ ਪੁਰਾਣੇ ਲੋਕ ਸਦੀਆਂ ਹੰਡਾ ਕੇ ਇਸ ਇੱਤੇ ਤੇ ਪਹੁੰਚੇ ਸੀ ਕਿ ਬਲਦ ਲਾਣੇ ਦਾ ਧੀ ਘਰਾਣੇ ਦੀ ਹਰਜੀਤ ਦੇ ਬੇਜੀ ਠੀਕ ਹੀ ਆਖਦੇ ਸੀ ਕਿ ਵਿਆਹ ਮੁੰਡੇ ਤੇ ਕੁੜੀ ਦਾ ਨਹੀਂ ਹੁੰਦਾ ਸਗੋਂ ਦੋ ਪਰਿਵਾਰਾਂ ਦਾ ਹੁੰਦਾ ਪਾਬ ਵਿੱਚ ਬੈਠਾ ਕੁਲਦੀਪ ਬੇਧਿਆਨੇ ਕਾਲੀ ਕਾਲੀ ਤਿੰਨ ਚਾਰ ਪੈਗ ਵਿਸਕੀ ਦੇ ਪੀ ਗਿਆ ਉਹਨੂੰ ਲੱਗਦਾ ਸੀ ਵਿਸਕੀ ਦੇ ਅੰਦਰ ਜਾ ਕੇ ਜਿਵੇਂ ਉਹਨੂੰ ਸਭ ਪਰਦਿਆਂ ਤੋਂ ਪਾਰ ਦੀਪਕ ਦੀ ਮੌਤ ਦੇ ਕੋਲ ਲਿਆ ਖੜਾ ਆਇਆ ਸੀ। ਕੁਲਦੀਪ ਨੂੰ ਲੱਗਿਆ ਹਰਜੀਤ ਤਾਂ ਮਰ ਗਿਆ ਸੀ ਪਰ ਮੈਂ ਕਿਉਂ ਨਾ ਦੀਪਕ ਨੂੰ ਆਪਣੇ ਬੁੱਕਲ 'ਚ ਲੁਕੋਇਆ। ਹਰਜੀਤ ਜਦੋਂ ਕਿਤੇ ਰੂਹਾਂ ਦੇ ਦੇਸ਼ 'ਚ ਟੱਕਰਿਆ ਤਾਂ ਮੈਨੂੰ ਜ਼ਰੂਰ ਪੁੱਛੇਗਾ ਯਾਰ ਕੁਲਦੀਪ ਤੂੰ ਕਿੱਥੇ ਸੀ ਜਦੋਂ ਦੀਪਕ ਨੇ ਆਤਮ ਹੱਤਿਆ ਕੀਤੀ। ਕੁਲਦੀਪ ਨੂੰ ਲੱਗਿਆ ਕਿ ਜਿਹੜਾ ਪਿਓ ਘਰ ਦੀ ਛੱਤ ਹੁੰਦਾ ਤੇ ماں ਇੱਕ ਜ਼ਮੀਨ ਹੁੰਦੀ ਹੈ ਜਦੋਂ ਹਰਜੀਤ ਦੇ ਘਰ ਦੀ ਛੱਤ ਹੀ ਨਾ ਰਹੀ ਤਾਂ ਸਾਰਿਆਂ ਦਾ ਬੁਰਾ ਹਾਲ ਤਾਂ ਹੋਣਾ ਹੀ ਸੀ ਉਸ ਟੁੱਟੀ ਛੱਤ ਵਾਲੇ ਘਰ ਚ ਦੀਪਕ ਵਰਗਾ ਸੋਲ ਬੱਚਾ ਸਾਬਤ ਸਬੂਤ ਨਾ ਖੜੋ ਸਕਿਆ 인ਦਰਾ ਉਹਨੂੰ ਗਾਲਾਂ ਵੀ ਦਿੰਦੀ ਰਹਿੰਦੀ ਸੀ ਦੀਪਕ ਉਥੋਂ ਭੱਜ ਜਾਣ ਦੀ ਕੋਸ਼ਿਸ਼ ਕਰਦਾ ਤਾਂ ਦਰਵਾਜ਼ੇ 'ਚ ਉਹਨੂੰ ਆਪਣਾ ਬਾਪ ਪਿੱਠ ਕਰੀ ਦਿਸਦਾ ਉਨੇ ਜਦੋਂ ਆਪਣੇ ਭਰਾ ਨੂੰ ਹਾਕ ਮਾਰੀ ਹੋਏਗੀ ਕਿ ਵੀਰੇ ਮੈਂ ਕੀ ਕਰਾਂ ਉਹ ਗੋ ਹੱਸ ਪਿਆ ਹੋਵੇਗਾ ਕਿਉਂਕਿ ਉਹ ਤਾਂ ਕਲਾਸ ਵਿੱਚ ਫਰਸਟ ਆਇਆ ਸੀ ਕਬਰਾ ਕੇ ਦੀਪਕ ਨੇ ਮੈਨੂੰ ਕਿਹਾ ਸੀ ਅੰਕਲ ਮੈਨੂੰ ਆਪਣੇ ਕੋਲ ਬੁਲਾ ਲਓ ਅਸਲ ਚ ਤਾਂ ਉਹ ਹਰਜੀਤ ਨੂੰ ਹਾਕਾ ਮਾਰਦਾ ਸੀ ਕੁਲਦੀਪ ਨੂੰ ਪੱਬ ਚ ਇਕੱਲੇ ਬੈਠੇ ਸ਼ਰਾਬ ਪੀਂਦੇ ਤੇ ਬਾਰ ਬਾਰ ਅੱਖਾਂ ਪੂੰਜਦੇ ਨੂੰ ਵੇਖ ਕੇ ਬੈਰਾ ਹੈਰਾਨ ਹੋ ਰਿਹਾ ਸੀ ਆਲੇ ਦੁਆਲੇ ਦੇ ਲੋਕਾਂ ਚ ਕੋਈ ਵੀ ਉਸ ਵੱਲ ਧਿਆਨ ਨਹੀਂ ਸੀ ਦੇ ਰਿਹਾ ਇਹ ਇਥੋਂ ਦਾ ਕਲਚਰ ਸੀ ਕੁਲਦੀਪ ਦਾ ਮਨ ਕੀਤਾ ਹਰਜੀਤ ਤੇ ਦੀਪਕ ਨੂੰ ਲੱਭਣ ਉਹ ਇੰਡੀਆ ਜਾਵੇ ਇੰਦਰਾ ਤੇ ਕਦੇ ਉਹਨੂੰ ਗੁੱਸਾ ਆਉਂਦਾ ਕਦੇ ਤਰਸ ਉਸ ਕਮਲੀ ਦਾ ਤਾਂ ਸਗੋਂ ਸਭ ਕੁਝ ਗਵਾਚ ਗਿਆ ਸੀ ਦੂਰ ਹੌਸਟਲ 'ਚ ਪੜਦੇ ਮੁੰਡੇ ਨੇ ਉਸ ਨੂੰ ਹਲਕਾ ਦਮੜਨਾ ਸੀ ਉਹ ਵੀ ਤਾਂ ਦੁਨੀਆ 'ਚ ਇਕੱਲੀ ਰਹਿ ਗਈ ਸੀ ਕੁਲਦੀਪ ਨੂੰ ਫੇਰ ਖਿਆਲ ਆਇਆ ਕਿ ਹਰਜੀਤ ਤੇ ਦੀਪਕ ਹੁਣ ਇੰਡੀਆ 'ਚ ਵੀ ਕਿਧਰੇ ਨਹੀਂ ਲੱਭਣੇ ਰੂਹਾਂ ਦਾ ਤਾਂ ਪਤਾ ਨਹੀਂ ਕਿੱਧਰ ਤੋਂ ਕਿੱਧਰ ਲੰਘ ਜਾਂਦੀਆਂ ਨੇ ਮਨੁੱਖੀ ਦੇਹ ਗਵਾ ਦੇਣ ਦੇ ਇਹ ਵਜ ਵਜੋਂ ਖਬਰੇ ਉਹਨੂੰ ਕੋਈ ਰੁਖ ਬਣਨਾ ਪਵੇ ਜਿਹੜਾ ਸੈਂਕੜੇ ਵਰੇ ਇਸ ਦੁਨੀਆ ਦਾ ਮੂਕ ਦ੍ਰਿਸ਼ਟਾ ਬਣ ਕੇ ਆਪਣੀ ਹੋੰਦ ਦੇ ਮੁੱਖ ਜਾਣ ਨੂੰ ਡੀਕਦਾ ਰਹੇ ਤੇ ਦੀਪਕ ਉਹ ਤਾਂ ਕੋਈ ਬੂਟਾ ਬਣੇਗਾ ਫੁੱਲਾਂ ਵਾਲਾ ਬੂਟ ਇੱਕਦਮ ਉਹਨੇ ਟਾਈਮ ਦੇਖਿਆ ਤਾਂ ਬੈਰੀ ਨੂੰ ਬਿੱਲ ਲਿਆਉਣ ਲਈ ਆਖਿਆ ਆਲੇ ਦੁਆਲੇ ਬੈਠੇ ਆਪਣੇ ਆਪਣੀ ਦੁਨੀਆ 'ਚ ਗਵਾਚੇ ਲੋਕਾਂ ਵੱਲ ਝਾਕਦਾ ਉਹ ਲੰਘ ਗਿਆ ਰਾਹ ਜਾਂਦੇ ਹੋਏ ਸੋਚ ਰਿਹਾ ਸੀ ਕਿ ਅੱਜ ਮੈਂ ਕਿੰਨੀਆਂ ਸਾਰੀਆਂ ਗੱਲਾਂ ਗੁਰ ਨਾਲ ਦੀਪਕ ਦੀਆਂ ਕਰਾਂਗਾ ਛੋਟੇ ਹੁੰਦੇ ਦੋਵੇਂ ਇੱਕੋ ਜਮਾਤ ਦੇ ਇੱਕੋ ਸਕੂਲ 'ਚ ਪੜ੍ਹਦੇ ਹੁੰਦੇ ਸੀ ਜਦੋਂ ਘਰ ਪਹੁੰਚਿਆ ਤਾਂ ਦੇਖਿਆ ਅੰਕੁਰ ਗੁੱਛਾ ਮੁੱਛਾ ਹੋਇਆ ਆਪਣੇ ਬਿਸਤਰੇ ਤੇ ਪਿਆ ਸੀ ਕੋਲ ਕੁਰਸੀ ਉੱਤੇ ਜੂਸ ਦੀ ਖਾਲੀ ਬੋਤਲ ਤੇ ਪਲੇਟ 'ਚ ਬਚਿਆ ਹੋਇਆ 버ਗਰ ਸੀ ਇਹਦਾ ਮਤਲਬ ਸੀ ਕਿ ਅੱਜ ਵੀ ਸੁਰਿੰਦਰ ਨੂੰ ਖਾਣਾ ਬਣਾਉਣ ਦਾ ਵਕਤ ਨਹੀਂ ਸੀ ਮਿਲਿਆ ਅੱਜ ਉਹਨੇ ਆਪਣੇ ਮੰਮੀ ਪਾਪਾ ਦਾ ਚੈੱਕਅਪ ਕਰਾਉਣ ਲਈ ਹਸਪਤਾਲ ਜਾਣਾ ਸੀ ਕਿੰਨੀ ਚੰਗੀ ਐ ਸੁਰਿੰਦਰ ਜੋ ਆਪਣੇ ਮਾਪਿਓ ਦਾ ਖਿਆਲ ਰੱਖਦੀ ਐ ਕਿਚਨ ਚ ਜਾ ਕੇ ਉਹਨੇ ਘਰ ਦਾ ਬਣਿਆ ਕੁਝ ਵੀ ਨਾ ਦੇਖ ਕੇ ਜੈਮ ਲਾ ਕੇ ਬਰੈਡ ਦੇ ਚਾਰ ਪੀਸ ਪਲੇਟ 'ਤੇ ਰੱਖ ਕੇ ਉੱਥੇ ਹੀ ਖਲੋ ਕੇ ਖਾ ਲਏ ਜੂਸ ਨਾਲ ਉਹ ਮੁਰ ਅੰਕੁਰ ਦੇ ਕਮਰੇ 'ਚ ਆ ਗਿਆ ਅੰਕੁਰ ਦੇ ਸਰਾਣੇ ਟੇਬਲ ਉੱਤੇ ਨੀਂਦ ਵਾਲੀਆਂ ਗੋਲੀਆਂ ਦੀ ਸ਼ੀਸ਼ੀ ਵੇਖ ਕੇ ਉਹਨੂੰ ਝਟਕਾ ਜਿਹਾ ਲੱਗਿਆ ਕਿ ਅੰਕੁਰ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਕਿਹੜੀਆਂ ਸੋਚਾਂ ਨੇ ਜਿਨ੍ਹਾਂ ਤੋਂ ਘਬਰਾ ਕੇ ਉਹ ਨੀਂਦ ਦੀ बेहोशी 'ਚ ਭੁੱਲ ਜਾਣਾ ਚਾਹੁੰਦਾ ਸੀ ਕੁਲਦੀਪ ਨੂੰ ਖਿਆਲ ਆਇਆ ਕਿ ਉਹਨੂੰ ਭੁੱਲ ਹੀ ਗਿਆ ਕਿ ਉਹਦੀ ਇੱਕ ਬੇਟੀ ਵੀ ਐ ਜਿਹੜੀ ਹੁਣ ਹੌਸਟਲ ਪੜਦੀ ਐ ਕਿਤੇ ਅੰਗਰੇਜ਼ ਕੁੜੀਆਂ ਨੂੰ ਪਰੇਸ਼ਾਨ ਨਾ ਕਰਦੀਆਂ ਹੁਣ ਵਿਆਹ ਤੋਂ ਬਿਨਾਂ ਹੀ ਬੱਚੇ ਹੋਈ ਜਾਣੇ ਇੱਥੇ ਆਮ ਗੱਲਾਂ ਨੇ ਪਰ ਨਹੀਂ ਨੋਨੀ ਤਾਂ ਬੜੀ ਸਮਝਦਾਰ ਐ ਉਹਨੇ ਆਪ ਹੀ ਸੋਚ ਲਿਆ ਅੰਗ ਸਦਵਾਂ ਆਪਣੇ ਮਾਂ ਪਿਓ ਨੂੰ ਖਾਣਾ ਖਵਾ ਸਰਾਣੇ ਪਾਣੀ ਰੱਖ ਐਮਰਜੈਂਸੀ ਬੈਲ 'ਚ ਨਵੇਂ ਸੈੱਲ ਪਾ ਕੇ ਛੋਟੀ ਲਾਈਟ ਜਗਾ ਕੇ ਉਹਨਾਂ ਨੂੰ ਗੁੱਡ ਨਾਈਟ ਆਖ ਸੁਰਿੰਦਰ ਆਪਣੇ ਕਮਰੇ ਵੱਲ ਮੁੜੀ। ਅੰਕੁਰ ਦੇ ਕਮਰੇ ਦੀ ਲਾਈਟ ਜਗਦੀ ਵੇਖ ਕੇ ਉੱਪਰ ਵੱਲੋਂ ਚਲੀ ਗਈ। ਤਾਂ ਅੱਗੇ ਕੁਲਦੀਪ ਨੂੰ ਬੈਠਾ ਵੇਖ ਕੇ ਹੈਰਾਨ ਹੋ ਗਈ ਤੇ ਪੁੱਛਿਆ, "ਤੁਸੀਂ ਕਦੋਂ ਆਏ? ਤੁਸੀਂ ਮੈਨੂੰ ਫੋਨ ਕਰ ਦੇਣਾ ਸੀ, ਕੁਝ ਖਾਣ ਨੂੰ ਬਣਾ ਦਿੰਦੀ। ਮੈਂ ਵੀ ਅਜੇ ਕੁਝ ਨਹੀਂ ਖਾਧਾ। ਕੀ ਖਾਣਾ? ਚਲ ਮੈਂ ਬਣਾ ਦਿੰਦਾ। ਤੂੰ ਤੇ ਥੱਕ ਗਈ ਹੋਵੇਂਗੀ।" ਉਹ ਤੋਂ ਇਹ ਚੰਗਾ ਨਹੀਂ ਕਿ ਤੂੰ ਆਪਣੇ ਮੰਮਾ ਡੈਡੀ ਲਈ ਇੱਕ ਨਰਸ ਰੱਖ ਲਵੇ। ਕੁਲਦੀਪ ਬੋਲਿਆ, ਇੱਥੇ ਨਰਸ ਰੱਖਣੇ ਮਮਾ ਪਾਪਾ ਅਫੋਰਡ ਨਹੀਂ ਕਰ ਸਕਦੇ ਨਾਲੇ ਮੈਂ ਕਿਹੜਾ ਜੌਬ ਕਰਦੀ ਆਂ ਕੁਲਦੀਪ ਨੇ ਚੀਜ਼ਾਂ ਰੱਖ ਦਿੱਤੀਆਂ ਤੇ ਕਿਹਾ ਤੂੰ ਖਾਲਾ ਮੈਂ ਤੇਰੇ ਲਈ ਚਾਹ ਬਣਾਉਣਾ ਕਿੰਡੀ ਅਜੀਬ ਗੱਲ ਹੈ ਕਿ ਮੇਜਰ ਸਾਹਿਬ ਵਾਟੇ ਲਈ ਚਾਹ ਬਣਾ ਰਹੇ ਨੇ ਇਹ ਸਭ ਅਮਰੀਕਾ 'ਚ ਹੋ ਸਕਦਾ ਹੈ ਇੰਡੀਆ 'ਚ ਨਹੀਂ ਸੁਰਿੰਦਰ ਨੇ ਹੱਸ ਕੇ ਕਿਹਾ ਤੇ ਜੇ ਤੁਸੀਂ ਅਮਰੀਕਾ 'ਚ ਰਹਿਣਾ ਕਬੂਲ ਕਰਦੇ ਹੋ ਫਿਰ ਤਾਂ ਇਹ ਸਭ ਕੁਝ ਕਰਨਾ ਹੀ ਪਊ ਇੱਥੇ ਪਤੀ ਪਰਮੇਸ਼ਰ ਨਹੀਂ ਹੁੰਦਾ ਸਗੋਂ ਵੱਧ ਤੋਂ ਵੱਧ ਔਰਤ ਦੇ ਬਰਾਬਰ ਹੋ ਸਕਦਾ ਹੈ ਜੇ ਇਹ ਉਹ ਨਹੀਂ ਸੋਚਦਾ ਤਾਂ ਕਰਦੇ ਹਰੇਕ ਕੰਮ ਲਈ ਉਹਨੂੰ ਪੈਸੇ ਦੇਣੇ ਪੈਣਗੇ ਇਹਨਾਂ ਜੋ ਇਹਨੇ ਜੋਗਾ ਹੁੰਦਾ ਨਹੀਂ ਕੁਲਦੀਪ ਬੋਲਿਆ ਪਰ ਅਸੀਂ ਤਾਂ ਜੀ ਪਤੀ ਨੂੰ ਪਰਮੇਸ਼ਰ ਹੀ ਮੰਨਦੇ ਆ ਵਾਜ਼ ਕੇ ਬੋਲੀ ਪਰ ਇੰਡੀਆ ਤਾਂ ਹੁਣੇ ਤੋਂ ਵੀ ਗਾਂਹ ਜਾ ਚੁੱਕਿਆ ਇੱਥੋਂ ਤੱਕ ਕਿ ਲੋਕੀ ਰੱਬ ਨਾਲ ਵੀ ਸੌਦੇ ਕਰਨ ਲੱਗ ਪਏ ਨੇ ਕਿ हे ਰੱਬ ਜੀ ਮੇਰਾ ਇਹ ਕੰਮ ਕਰਵਾ ਦਿਓ ਤਾਂ ਮੈਂ ਤੁਹਾਨੂੰ ਇੰਨੇ ਦਾ ਪ੍ਰਸ਼ਾਦ ਛਡਾਵਾਂਗਾ ਕੁਲਦੀਪ ਬੋਲਿਆ ਹਾਂ ਸੱਚ ਨੋਨੀ ਦਾ ਫੋਨ ਆਇਆ ਸੀ ਕਿ ਮੈਂ ਨਾ ਛੁੱਟੀਆਂ 'ਚ ਘਰ ਨਹੀਂ ਆਵਾਂਗੀ। ਅਸੀਂ ਕੁਝ ਫਰੈਂਡਸ ਨੇ ਲੰਡਨ ਤੇ ਪੈਰਿਸ ਕੋਮੋਂ ਘੁੰਮ ਕੇ ਆਉਣ ਦਾ ਪ੍ਰੋਗਰਾਮ ਬਣਾਇਆ। ਤੋ ਉਹਨੂੰ ਆਖਣਾ ਸੀ ਕਿ ਸਿੱਧੀ ਘਰ ਆਉਂਦੀ, ਬਿਨਾਂ ਪੁੱਛੇ ਪ੍ਰੋਗਰਾਮ ਬਣਾਉਂਦੀ ਐ। ਇੱਥੇ ਤੁਸੀਂ ਬੱਚਿਆਂ ਤੇ ਰੋਬ ਨਹੀਂ ਪਾ ਸਕਦੇ, ਨਾ ਹੀ ਆਪਣੀ ਮਰਜ਼ੀ ਕਰਵਾ ਸਕਦੇ ਹੋ। ਪਰ ਇੰਨਾ ਮੈਂ ਉਹਨੂੰ ਦੱਸ ਦਿੱਤਾ ਕਿ ਕਿਸੇ ਵੀ ਲੜਕੇ ਦੇ ਇੰਨਾ ਨੇੜੇ ਨਾ ਹੋਈਂ ਕਿ ਅਗਲੇ ਦਾ ਦਿਲ ਹੀ ਭਰ ਜਾਏ। ਪਰ ਸੁਰਿੰਦਰ ਇੱਥੇ ਦਾ ਮਾਹੌਲ ਹੀ ਅਜਿਹਾ ਹੈ ਕਿ ਮੁੰਡੇ ਕੁੜੀਆਂ 'ਚ ਕਿਸੇ ਗੱਲ ਦੀ ਸ਼ਰਮ ਨਹੀਂ। ਕੈਵੇਰੀ ਮੈਂ ਸੋਚਦਾ ਨੋਨੀ ਨੂੰ ਇੰਡੀਆ ਹੀ ਪੜਨ ਲਾ ਦਿਆ ਇੰਡੀਆ ਹੁਣ ਸਾਡੇ ਵੇਲੇ ਵਰਗਾ ਨਹੀਂ ਰਹਿ ਗਿਆ ਉੱਥੋਂ ਦੇ ਮੁੰਡੇ ਕੁੜੀਆਂ ਦੇ ਬਥੇਰੇ ਕਿਸੇ ਅਖਬਾਰਾਂ ਚ ਆਉਂਦੇ ਰਹਿੰਦੇ ਨੇ ਅੰਕੁਰ ਦੇ ਸਰਾਣੇ ਨੀਂਦ ਦੀਆਂ ਗੋਲੀਆਂ ਵਾਲੀ ਸ਼ੀਸ਼ੀ ਪਈ ਸੀ ਕੁਲਦੀਪ ਨੂੰ ਜਿਵੇਂ ਕੁਝ ਯਾਦ ਆਇਆ ਸੁਰਿੰਦਰ ਨੇ ਦੱਸਿਆ ਅੰਕੁਰ ਨੇ ਆਪਣੇ ਸੌਣ ਦਾ ਉਲਟ ਪੁਲਟ ਟਾਈਮ ਕਰ ਲਿਆ ਅਸੀਂ ਜਦੋਂ ਸਾਰੇ ਸੌ ਜਾਂਦੇ ਆ ਫਿਰ ਦੇਰ ਰਾਤ ਤੱਕ ਉੱਠ ਕੇ ਫਿਲਮਾਂ ਦੇਖਦੇ ਆ ਤੇ ਫਿਰ ਜਦੋਂ ਨੀਂਦ ਦਾ ਵੇਲਾ ਖੁੰਝ ਜਾਂਦਾ ਜਿਸ ਕਰਕੇ ਨੀਂਦ ਨਹੀਂ ਆਉਂਦੀ ਤਾਂ ਨੀਂਦ ਦੀਆਂ ਗੋਲੀਆਂ ਖਾ ਲੈਂਦਾ ਹੈ। ਇਹ ਕਈ ਵਾਰੀ ਐਸੇ ਕਰਕੇ ਆਪਣੇ ਕੰਮ ਤੋਂ ਲੇਟ ਹੋ ਜਾਂਦਾ ਹੈ। ਇਹ ਆਪਣੇ ਦੇਸੀ ਭਾਈਵਾਲਾਂ ਦਾ ਸਟੋਰ ਹੈ ਨਹੀਂ ਤਾਂ ਇਹਨੂੰ ਕਦੋਂ ਦਾ ਨੌਕਰੀ ਤੋਂ ਛੇਕ ਦਿੱਤਾ ਹੁੰਦਾ। ਇਸ ਤਰ੍ਹਾਂ ਬਣੂ ਕੀ ਹੈ ਨਾ ਬੱਚਿਆਂ ਦਾ ਕੁਲਦੀਪ ਨੂੰ ਚਿੰਤਾ ਹੋਈ। ਬਣਨਾ ਬਣਾਉਣਾ ਕੀ ਹੈ? ਬਸ ਘਰ ਇਹਨਾਂ ਨੂੰ ਮਿਲ ਜਾਣਾ ਹੈ। ਅਸੀਂ ਕਿਹੜਾ ਬਹੁਤੀ देर ਬੈਠੇ ਰਹਿਣਾ। ਬਾਕੀ ਡੰਗ ਟਪਾਉਣ ਜੋਗਾ ਕੰਮ ਕਰ ਲਿਆ ਕਰਨਗੇ। ਆਪਣਾ ਅਮਰੀਕਾ ਆਉਣ ਦਾ ਫਿਰ ਕੀ ਫਾਇਦਾ ਹੋਇਆ ਜੇ ਕੁਝ ਬਣ ਹੀ ਨਾ ਸਕੇ ਹਾਂ ਸਾਡੇ ਆਉਣ ਨਾਲ ਤੇਰੇ ਮੰਮੀ ਡੈਡੀ ਨੂੰ ਜ਼ਰੂਰ ਸੁੱਖ ਹੋ ਗਿਆ ਉਹਨਾਂ ਦਾ ਕੰਮ ਐ ਕਿਹੜਾ ਮੁਫਤ ਕਰਦੀਆਂ ਐ ਏਡਾ ਵੱਡਾ ਘਰ ਉਹਨਾਂ ਨੇ ਲੈ ਕੇ ਦਿੱਤਾ ਸਾਰਾ ਫਰਨੀਚਰ ਦਿੱਤਾ ਬੱਚਿਆਂ ਦੀਆਂ ਪੜਾਈਆਂ ਦਾ ਖਰਚਾ ਚੁੱਕ ਰਹੇ ਨੇ ਰਾਸ਼ਨ ਪਾਣੀ ਵੀ ਮੰਗਵਾ ਕੇ ਦਿੰਦੇ ਨੇ ਦੋ ਕਾਰਾਂ ਵੀ ਲੈ ਕੇ ਦਿੱਤੀਆਂ ਨੇ ਆਪਣੇ ਟਿਕਟ ਭੇਜ ਕੇ ਸਾਨੂੰ ਸਦਿਆ ਉਹਨਾਂ ਕਾਰਨ ਹੀ ਅਸੀਂ ਅਮਰੀਕਾ ਦੇ ਸਿਟੀਜ਼ਨ ਬਣੇ ਇਹਨਾਂ ਤਾਂ ਕੋਈ ਕਿਸੇ ਦਾ ਕਰਦਾ ਹੀ ਨਹੀਂ ਉਦੀ ਬਨੋ ਦੀਆਂ ਸਭ ਗੱਲਾਂ ਠੀਕ ਲੱਗੀਆਂ ਇਹੋ ਜਿਹਾ ਸਭ ਕੁਝ ਤਾਂ ਉਹ ਇੰਡੀਆ ਚ ਵੀ ਪ੍ਰਾਪਤ ਸੀ ਉਦੋਂ ਵੀ ਦੋਸ ਸમિત ਰੱਖਦੇ ਸੀ ਕਿ ਇੱਥੋਂ ਦੀ ਅਫਸਰੀ ਛੱਡ ਕੇ ਗੋਰਿਆਂ ਦੀ ਗੁਲਾਮੀ ਕਾਦੇ ਲਈ ਕਰਨੀ ਹੈ ਪਰ ਉਦੋਂ ਉਹਦੇ ਮਨ ਚ ਅਮਰੀਕਾ ਦਾ ਨਕਸ਼ਾ ਹੋ ਰਹੀ ਸੀ ਕੁਝ ਚੁੱਪ ਰਹਿਣ ਮਗਰੋਂ ਬੋਲਿਆ ਆਪਾਂ ਅਜੇ ਵੀ ਵਾਪਸ ਜਾ ਸਕਦੇ ਹਾਂ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਸਕਦਾ ਸੁਰਿੰਦਰ ਹੈਰਾਨ ਹੋ ਕੇ ਉਸ ਵੱਲ ਚਾਕੀ ਤੇ ਕਹਿਣ ਲੱਗੀ ਤੁਹਾਡਾ ਖਿਆਲ ਹੈ ਕਿ ਵੀਰ ਤੇ ਉਹਦੀ ਵੋਟੀ ਵਾਂਗ ਆਪਾਂ ਵੀ ਮਮਾ ਪਾਪਾ ਨੂੰ ਇਸ ਹਾਲਤ 'ਚ ਛੱਡ ਕੇ ਚਲੇ ਜਾਈਏ ਨਾਲੇ ਇੱਥੇ ਸਾਨੂੰ ਔਖਤਾ ਕੋਈ ਨਹੀਂ ਕੁਲਦੀਪ ਨੇ ਕੋਈ ਉੱਤਰ ਨਾ ਦਿੱਤਾ ਅੰਗ 8 ਜਿਨ੍ਹਾਂ ਦੇ ਸਟੋਰ ਤੇ ਅੰਕੁਰ ਕੰਮ ਕਰਦਾ ਸੀ ਉਹਨਾਂ ਦੀ ਕੁੜੀ ਅੰਕੁਰ ਦੀ ਸੇਲੀ ਬਣ ਗਈ ਸੀ ਉਦਰੇ ਜੰਮੀ ਪੜੀ ਅੰਗਰੇਜ਼ਾਂ ਵਰਗੀ ਗੋਰੀ ਚਿੱਟੀ ਕੁੜੀ ਜਦੋਂ ਮਨ ਕਰਦਾ ਅੰਕੁਰ ਨੂੰ ਸਟੋਰ ਤੋਂ ਨਾਲ ਲੈ ਕੇ ਸਿਨੇਮਾ ਵੇਖਣ ਚਲੀ ਜਾਂਦੀ ਜਾਂ ਕਿਸੇ ਮਾਲ ਤੋਂ ਕੁਝ ਖਰੀਦਣ ਲਈ ਨਾਲ ਲੈ ਜਾਂਦੀ ਅੰਕੁਰ ਕੋਲ ਅਕਸਰ ਪੈਸੇ ਨਹੀਂ ਸੀ ਹੁੰਦੇ ਫਿਰ ਉਸ ਕੁੜੀ ਨੇ ਆਪਣੇ ਡੈਡੀ ਨੂੰ ਆਖ ਦਿੱਤਾ ਕਿ ਅੰਕੁਰ ਨੂੰ ਜਦੋਂ ਲੋੜ ਹੋਏ ਪੈਸੇ ਦੇ ਦਿਆ ਕਰਨ ਉਹਦੀ ਵੀਕਲੀ ਤਨਖਾਹ 'ਚੋਂ ਕੱਟ ਲਿਆ ਕਰਨ ਪੈਸੇ ਹੁਣ ਅੰਕੁਰ ਪਿੰਕੀ ਨੂੰ ਫੋਨ ਕਰਕੇ ਬੁਲਾ ਲੈਂਦਾ ਉਹ ਦੋਵੇਂ ਜਣੇ ਰਲ ਕੇ ਪ੍ਰੋਗਰਾਮ ਬਣਾ ਲੈਂਦੇ ਕਿ ਅੱਜ ਅੱਜ ਕੀ ਕਰਨਾ ਹੈ ਕਈ ਵਾਰ ਉਹਦਾ ਡੈਡੀ ਉਹ ਉਸ ਤੇ ਤੇ ਅੰਕੁਰ ਲਈ ਕੋਈ ਛੋਟਾ ਮੋਟਾ ਟੂਰ ਬੁੱਕ ਕਰ ਦਿੰਦਾ ਦੋਨਾਂ ਨੂੰ ਖੁਸ਼ ਦੇਖ ਕੇ ਉਹ ਸੋਚਦਾ ਕਿ ਦੋਵਾਂ ਸਟੋਰਾਂ ਵਿੱਚੋਂ ਇੱਕ ਬੇਟੇ ਨੂੰ ਤੇ ਦੂਜਾ ਪਿੰਕੀ ਨੂੰ ਸੁਭਾਲ ਦੇਵਾਂ 18 ਸਾਲਾਂ ਦੀ ਹੋਈ ਪਿੰਕੀ ਦਾ ਵਿਆਹ ਅੰਕੁਰ ਨਾਲ ਕਰ ਦਿਆਂਗਾ ਤੇ ਨਾਲ ਹੀ ਨਾਲ ਸਟੋਰ ਵੀ ਇਹਨਾਂ ਦੇ ਹਵਾਲੇ ਕਰ ਦਿਆਂਗਾ ਕੁੜੀ ਸੋਹਣੀ ਸੀ ਸਲੀਕੇ ਵਾਲੀ ਸੀ ਹਾਈ ਸਕੂਲ ਮਗਰ ਅੰਕੁਰ ਵਾਂਗ ਉਹਨੇ ਵੀ ਪੜ੍ਹਾਈ ਛੱਡ ਦਿੱਤੀ ਸੀ ਅਮਰੀਕਾ ਚ ਇੰਗਲੈਂਡ ਵਾਂਗ ਬਹੁਤ ਥੋੜੇ ਬੱਚੇ ਸਨ ਜਿਹੜੇ ਕਾਲਜ ਯੂਨੀਵਰਸਿਟੀ ਪੜ੍ਹਨ ਜਾਂਦੇ ਸੀ ਆਪਣਾ ਕਾਰੋਬਾਰ ਹੋਣਾ ਜ਼ਿਆਦਾ ਚੰਗਾ ਸਮਝਿਆ ਜਾਂਦਾ ਸੀ। ਕਈ ਵਾਰ ਪਿੰਕੀ ਅੰਕੁਰ ਦੇ ਨਾਲ ਹੀ ਉਹਨਾਂ ਦੇ ਘਰ ਚਲੀ ਜਾਂਦੀ ਸੀ। ਉਹ ਹੈਰਾਨ ਹੁੰਦੀ ਕਿ ਘਰ 'ਚ ਕੋਈ ਨਹੀਂ ਸੀ ਹੁੰਦਾ ਕਿਉਂਕਿ ਅੰਕੁਰ ਦੀ ਮੰਮਾ ਆਪਣੇ ਮਾਪਿਓ ਦੀ ਦੇਖਭਾਲ 'ਚ ਲੱਗੀ ਰਹਿੰਦੀ ਸੀ। ਸਾਰੇ ਜਾਣ ਪਛਾਣ ਵਾਲੇ ਅੰਕੁਰ ਦੀ ਮਾਂ ਦੀ ਪ੍ਰਸ਼ੰਸਾ ਕਰਦੇ ਕਿ ਕਿੰਨੀ ਚੰਗੀ ਹੈ ਜਿਹੜੀ ਮਾਪਿਆਂ ਦੀ ਕਿੰਨੀ ਸੇਵਾ ਕਰਦੀ ਹੈ। ਕੋਈ ਕੋਈ ਤਾਂ ਇਹ ਵੀ ਆਖਦਾ ਸੀ ਕਿ ਉਹਦੇ ਮਾਪਿਓ ਦਾ ਜੋ ਕੁਝ ਵੀ ਹੈ ਸਭ ਉਸੇ ਨੂੰ ਹੀ ਮਿਲਣਾ। ਉਦੇ ਭਰਾ ਨੇ ਵੀ ਆਖਿਆ ਹੋਇਆ ਸੀ ਕਿ ਮੈਨੂੰ ਮਮਾ ਡੈਡੀ ਤੋਂ ਕੁਝ ਨਹੀਂ ਚਾਹੀਦਾ ਮੈਂ ਤਾਂ ਸਗੋਂ ਇਸ ਗੱਲੋਂ ਖੁਸ਼ ਹਾਂ ਕਿ ਤੂੰ ਇਹਨਾਂ ਉਹਨਾਂ ਦੀ ਇੰਨੀ ਕੇਅਰ ਕਰਦੀ ਹੈ ਕੁਲਦੀਪ ਭਾਵੇਂ ਬਹੁਤ ਵਾਰੀ ਪਰੇਸ਼ਾਨ ਹੋ ਜਾਂਦਾ ਕਿ ਸੁਰਿੰਦਰ ਨੂੰ ਕਿਸੇ ਹੋਰ ਦਾ ਵੀ ਖਿਆਲ ਨਹੀਂ ਨੋਨੀ ਹੌਸਟਲ 'ਚ ਹੈ ਅੰਕੁਰ ਪਿੰਕੀ ਨਾਲ ਬਿਜ਼ੀ ਰਹਿੰਦਾ ਹੈ ਕੁਲਦੀਪ ਆਪ ਹੀ ਖਾਣ ਪੀਣ ਦਾ ਪ੍ਰਬੰਧ ਕਰ ਲੈਂਦਾ ਹੈ ਪ੍ਰਬੰਧ ਵੀ ਕੀ ਕਰਨਾ ਹੋਇਆ ਜਿਸ ਵੀ ਦਾਲ ਸਬਜ਼ੀ ਮੀਟ ਮੱਛੀ ਨੂੰ ਜੀ ਕਰਦਾ ਕੇਨ ਖੋਲ ਕੇ ਮਾਈਕ੍ਰੋਵੇਵ 'ਚ ਗਰਮ ਕਰ ਲੈਂਦਾ ਬ੍ਰੈਡ ਨਾਲ ਖਾ ਛੜਦਾ ਆਪਣਾ ਵੀ ਤਾਂ ਉਹਦਾ ਇਹੀ ਹਾਲ ਸੀ ਕੁਲਦੀਪ ਇੰਸ਼ੋਰੈਂਸ ਦਾ ਕੰਮ ਕਰਨ ਲੱਗ ਪਿਆ ਸੀ ਪਰ ਉਹਨੂੰ ਬੜਾ ਅਜੀਬ ਲੱਗਦਾ ਜਦੋਂ ਲੋਕਾਂ ਨੂੰ ਉਹ ਇੰਸ਼ੋਰੈਂਸ ਕਰਾਉਣ ਲਈ ਆਖਦਾ ਤੇ ਉਹਨਾਂ ਦੇ ਫਾਇਦੇ ਗਿਣਾਉਂਦਾ ਸ਼ਾਮ ਨੂੰ ਉਹ ਕਾਫੀ ਡਰਿੰਕ ਕਰਨ ਲੱਗ ਪਿਆ ਸੀ ਕਈ ਵਾਰ ਉਹਨੂੰ ਖਿਆਲ ਆਉਂਦਾ ਕਿ ਮੈਂ ਇੱਥੇ ਕਦੇ ਲਈ ਆ ਗਿਆ ਕਿਉਂ ਆਪਣਾ ਦੇਸ਼ ਛੱਡ ਕੇ ਵਿਦੇਸ਼ ਨੂੰ ਭੱਜ ਆਇਆ ਚੰਗੀ ਭਲੀ ਠਾਠ ਵਾਲੀ ਮੇਰੀ ਨੌਕਰੀ ਸੀ ਬੱਚੇ ਵਧੀਆ ਸਕੂਲਾਂ 'ਚ ਪੜ੍ਹਦੇ ਸੀ ਤੇ ਹੁਣ ਜਦੋਂ ਫੋਨ ਤੇ ਕੋਈ ਰਿਸ਼ਤੇਦਾਰ ਜਾਂ ਜਾਣ ਪਛਾਣ ਵਾਲਾ ਪੁੱਛਦਾ ਕਿ ਹੁਣ ਤਾਂ ਠਾਠ ਨਾਲ ਰਹਿੰਦੇ ਹੋਗੇ ਇੰਡੀਆ ਦੇ ਤਾਂ ਸਿਰਫ ਅਮੀਰ ਲੋਕ ਹੀ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਭੇਜ ਸਕਦੇ ਨੇ ਤੁਸੀਂ ਤਾਂ ਆਪ ਹੀ ਬਾਹਰਲੇ ਮੁਲਕ 'ਚ ਪਹੁੰਚ ਗਏ ਹੋ ਉਸ ਵੇਲੇ ਕੁਲਦੀਪ ਨੂੰ ਕੋਈ ਜਵਾਬ ਨਹੀਂ ਆਉਂਦਾ ਇੰਨਾ ਹੀ ਆਖਦਾ ਕਿ ਠੀਕ ਹੈ ਕਦੇ-ਕਦੇ ਪਿੰਕੀ ਅੰਕੁਰ ਨੂੰ ਆਖਦੀ ਕਿ ਚੱਲ ਪੱਬ ਚ ਜਾ ਕੇ ਬੀਅਰ ਪੀਏ ਇਕਵਰੀ ਅੰਕੁਰ ਨੇ ਪੁੱਛਿਆ ਸੀ ਕਿ ਜੇ ਤੇਰੇ ਘਰਦਿਆਂ ਨੇ ਦੇਖ ਲਿਆ ਤਾਂ ਇਹ ਸੁਣ ਕੇ ਹੱਸ ਪਈ ਉਹਨੇ ਕਿਹਾ ਸੀ ਕਿ ਅਸੀਂ ਤਾਂ ਘਰ ਵੀ ਡਿਨਰ ਤੋਂ ਪਹਿਲਾਂ ਸਾਰੀ ਥੋੜੀ-ਮੋਟੀ ਡਰਿੰਕ ਲੈ ਲੈਣੇ ਆ ਇਹ ਸਭ ਚੀਜ਼ਾਂ ਖਾਣ-ਪੀਣ ਲਈ ਬਣੀਆਂ ਨੇ ਇਹ ਤਾਂ ਉਸੇ ਤਰ੍ਹਾਂ ਜਿਵੇਂ ਰੋਟੀ ਨਾਲ ਪਾਣੀ ਦੀ ਥਾਂ ਜੂਸ ਪੀ ਲਿਆ ਜਾਏ ਇੱਕ ਦਿਨ ਪਿੰਕੀ ਨੇ ਕਿਹਾ ਆਮ ਬੂਸਟਰ ਜੇ ਲੈਣੀ ਹੋਵੇ ਉਹ ਖਰੀਦਣੀ ਵੀ ਚੋਰੀਆਂ ਪੈਂਦੀ ਹੈ ਖਾਣੀ ਵੀ ਚੋਰੀਆਂ ਪੈਂਦੀ ਹੈ ਤੂੰ ਲੈ ਕੇ ਤਾਂ ਦੇ ਬੰਦੇ ਨੂੰ ਸਵਰਗ ਦੇ ਝੂਟੇ ਆਉਣ ਲੱਗ ਪੈਂਦੇ ਤੂੰ ਮੈਨੂੰ ਲੈ ਆ ਕੇ ਦੇਈ ਕਿਸੇ ਦਿਨ ਅੰਕੁਰ ਨੇ ਕਿਹਾ ਹੁਣੇ ਚਲਦੇ ਆ ਸਾਡੇ ਇੱਕ ਰਿਸ਼ਤੇਦਾਰ ਔਰਤ ਨੇ ਵਾਈਨ ਸ਼ਾਪ ਖੋਲੀ ਹੋਈ ਹੈ ਉਸ ਕੋਲੋਂ ਲੈ ਲਾਂਗੇ ਅਸਲ 'ਚ ਨਸ਼ੇ ਦਾ ਕੈਪਸੂਲ ਹੋਣ ਕਰਕੇ ਆਮ ਬਾਜ਼ਾਰ 'ਚ ਨਹੀਂ ਮਿਲਦੀ ਪਿੰਕੀ ਨੇ ਦੱਸਿਆ ਉਸ ਤੋਂ ਬਾਅਦ ਅੰਕੁਰ ਦੇ ਮਨ ਅੰਦਰ ਬੂਸਟਰ ਖਾ ਕੇ ਦੇਖਣ ਦੀ ਇੱਛਾ ਪੈਦਾ ਹੋ ਗਈ ਉਸੇ ਦਿਨ ਪਿੰਕੀ ਨੂੰ ਨਾਲ ਲੈ ਕੇ ਬੂਸਟਰ ਦੇ ਚਾਰ ਕੈਪਸੂਲ ਜੋ ਖਾਸ ਕਿਸਮ ਦੇ ਡੱਬੇ 'ਚ ਪਾਏ ਹੋਏ ਸਨ ਲੈ ਆਇਆ ਇਸ ਤੋਂ ਬਾਅਦ ਉਹਨਾਂ ਨੇ ਇੱਕ ਰੈਸਟੋਰੈਂਟ ਖਾਣਾ ਖਾਦਾ ਨਾਲ ਬੀਅਰ ਪੀਤੀ ਮਗਰੋਂ ਆਈਸਕ੍ਰੀਮ ਵੀ ਖਾਦੀ ਬੂਸਟਰ ਬਾਰੇ ਪਿੰਕੀ ਨੇ ਆਖਿਆ ਇੱਕ ਤੋਂ ਜ਼ਿਆਦਾ ਨਾ ਖਾਈ ਪਿੰਕੀ ਨੂੰ ਘਰ ਛੱਡਾਂ ਅੰਕੁਰ ਆਪਣੇ ਘਰ ਪਹੁੰਚਿਆ ਘਰ ਨੋਨੀ ਆਈ ਹੋਈ ਸੀ ਉਹ ਅੰਕੁਰ ਨੂੰ ਪੁੱਛਣ ਲੱਗੀ ਕਿਧਰੋਂ ਵਾਰਾਗਰਦੀ ਕਰਕੇ ਆਇਆ ਅੰਕੁਰ ਨੇ ਹੱਸ ਕੇ ਕਿਹਾ ਮੈਂ ਤਾਂ ਸਿਰਫ ਆਪਣੇ ਸ਼ਹਿਰ ਦੀ ਵਾਰਾਗਰਦੀ ਕਰਦਾ ਪਰ ਤੂੰ ਤਾਂ ਦੂਜੇ ਮੁਲਕਾਂ ਚ ਵਾਰਾਗਰਦੀ ਕਰਨ ਜਾਣੀ ਸੁਣਿਆ ਤੈਨੂੰ ਤਾਂ ਪਿੰਕੀ ਨੇ ਬੇਵਕੂ ਬਣਾ ਰੱਖਿਆ ਹੋਇਆ ਨੋਨੀ ਕਹਿਣ ਲੱਗੀ ਸਟੇਸ਼ਨ ਤੋਂ ਜਦੋਂ ਮੋਰੇ ਲੱਗੀ ਗੱਡੀ ਪੁਰੂਗੀ ਫੇਰ ਹੀ ਕਿਸੇ ਹੋਰ ਦੀ ਵਾਰੀ ਆਉ ਹੁਣ ਤੱਕ ਤਾਂ ਤੈਨੂੰ ਲੱਭ ਲੈਣਾ ਚਾਹੀਦਾ ਸੀ ਕੋਈ ਨਾ ਕੋਈ ਅਮੀਰ ਅੰਕੁਰ ਨੇ ਕਿਹਾ ਅਮੀਰਾਂ ਲਈ ਕੋਈ ਇੱਕ ਕੁੜੀ ਕਾਫੀ ਨਹੀਂ ਹੁੰਦੀ ਉਹ ਤਾਂ ਕਾਰਾਂ ਵਾਂਗ ਵਾਟੀਆਂ ਬਦਲਦੇ ਰਹਿੰਦੇ ਨੇ ਤਾਂ ਕੀ ਐ ਫੇਰ ਕੋਈ ਹੋਰ ਸਹੀ ਆਹੋ ਅਮਰੀਕਾ 'ਚ ਰਹਿ ਕੇ ਤੂੰ ਇਉਂ ਹੀ ਸੋਚੇਗਾ ਅੱਛਾ ਇਹ ਦੱਸ ਮਮਾ ਕਿੱਥੇ ਐ ਨੋਨੀ ਨੇ ਪੁੱਛਿਆ ਜਿੱਥੇ ਹਮੇਸ਼ਾ ਹੁੰਦੀ ਐ ਨਾਨਾ ਨਾਨੀ ਕੋਲ ਮੈਨੂੰ ਤਾਂ ਲੱਗਦਾ ਐ ਮਮਾ ਤਾਂ ਡੈਡੀ ਦੀ ਵੀ ਪਰਵਾਹ ਨਹੀਂ ਕਰਦੀ ਡੈਡੀ ਨੂੰ ਚਾਹੀਦਾ ਹੈ ਕਿਸੇ ਮੇਮ ਨਾਲ ਦੋਸਤੀ ਪਾਲਣ ਆਪਣੇ ਜਾਣੇ ਦਾ ਮਮਾ ਠੀਕ ਨੇਕ ਕੰਮ ਕਰ ਰਹੀ ਹੈ ਪਰ ਉਹ ਇਹ ਨਹੀਂ ਜਾਣਦੀ ਕਿ ਡੈਡੀ ਨੂੰ ਤਾਂ ਤੇ ਘਰ ਨੂੰ ਕਿੰਨਾ ਨੈਗਲੈਕਟ ਕਰ ਛੱਡਿਆ ਇਥੇ ਹਰ ਬੰਦਾ ਆਪਣੇ ਅਨੁਸਾਰ ਤੇ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ ਹੈ ਚਾਹੀਦਾ ਵੀ ਇਹੀ ਹੈ ਕਿਉਂਕਿ ਥੋੜੇ ਜਿਹੀ ਵਰੇ ਹੀ ਉਸ ਕੋਲ ਜਿਉਣ ਲਈ ਹੁੰਦੇ ਨੇ ਬੜੀਆਂ ਫਿਲਾਸਫਰਾਂ ਵਾਲੀਆਂ ਗੱਲਾਂ ਕਰਨ ਲੱਗ ਪਿਆ ਮੈਂ ਨਹੀਂ ਸਮਝਦੀ ਕਿ ਮਮਾ ਆਪਣੇ ਘਰ ਲਈ ਜਿਉ ਰਹੀ ਹੈ ਚੰਗੀ ਬਣਨ ਦੇ ਖਿਆਲ ਨੇ ਉਹਨੂੰ ਬੇਵਕੂਫ ਬਣਾ ਛੱਡਿਆ ਉਹ ਨਹੀਂ ਸਮਝਦੀ ਕਿ ਬੁੱਢਿਆਂ ਦੀ ਸੇਵਾ ਨਾਲ ਉਹਨਾਂ ਨੂੰ 2-4 ਸਾਲ ਵੱਧ ਜਿਉਂਦੇ ਰੱਖ ਸਕਦੀ ਹੈ ਫਿਰ ਹੁਣ ਉਹ ਇਉਂ ਕਰਦੀ ਹੋਈ ਆਪਣੇ ਹਸਬੰਦ ਤੇ ਬੱਚਿਆਂ ਨਾਲ ਕਿੰਨੀ ਗੈਰ ਜ਼ਿੰਮੇਵਾਰ ਹੋ ਗਈ ਹੈ ਨੋਨੀ ਕਹਿ ਰਹੀ ਸੀ ਨੋਨੀ ਮੇਰਾ ਤਾਂ ਮਨ ਕਰਦਾ ਹੈ ਕਿ ਆਪਾਂ ਵਾਪਸ ਇੰਡੀਆ ਚਲੇ ਜਾઈએ ਉੱਥੇ ਅਫਸਰ ਹੋਣ ਕਰਕੇ ਕਿੰਨੀ ਟੌਰ ਸੀ ਡੈਡੀ ਦੀ ਇੱਥੇ ਵਿਚਾਰਾ ਇੰਸ਼ੋਰੈਂਸ ਲਈ ਲੋਕਾਂ ਦੇ ਮਗਰਮਗਰ ਤੁਰਿਆ ਫਿਰਦਾ ਹੈ ਇਹਨਾਂ ਮੁਲਕਾਂ ਵਿੱਚ ਤਾਂ ਉਹਨਾਂ ਨੂੰ ਆਉਣਾ ਚਾਹੀਦਾ ਹੈ ਜਿਹੜੇ ਮਸ਼ੀਨਾਂ ਬਣ ਕੇ ਪੈਸੇ ਹੀ ਕਮਾਉਣਾ ਚਾਹੁੰਦੇ ਹੋਣ ਛਾਡੇ ਨਾ ਗੱਲਾਂ ਨੂੰ ਇਹਨਾਂ ਗੱਲਾਂ ਚ ਕੀ ਪਿਆ ਮੈਂ ਤਾਂ ਡੈਡ ਨੂੰ ਮਿਲ ਕੇ ਹੌਸਟਲ ਵਾਪਸ ਚਲੇ ਜਾਣਾ ਮਮਾ ਤੇ ਦਾਦਾ ਨਾਨੀ ਨੂੰ ਪਹਿਲਾਂ ਸਵੇਰੇ ਮਿਲਾਈ ਸੀ ਆਕੇ ਨੋਨੀ ਬਾਹਰ ਚਲੀ ਗਈ ਅੰਕੁਰ ਨੇ ਡੈਡੀ ਦੇ ਕਮਰੇ ਚ ਪਈ ਵਿਸਕੀ ਦੀ ਬੋਤਲ ਚੋਂ ਗਲਾਸ ਭਰ ਲਿਆ ਤੇ ਆਪਣੇ ਕਮਰੇ ਚ ਆਕੇ ਕੋਸਾ ਚ ਪੀ ਗਿਆ ਉਹਨੂੰ ਧੁਰਤੜੀ ਜੀ ਆਈ ਫਿਰ ਉਹਨੇ ਇੱਕ ਸੋਡੇ ਦਾ ਕேன் ਖੋਲ ਕੇ ਪੀਤਾ ਇੱਕ ਆਈ ਕੋ ਨੂੰ ਖਿਆਲ ਆਇਆ ਕਿ ਬੂਸਟਰ ਤਾਂ ਖਾ ਕੇ ਦੇਖੋ ਜੋ ਪਿੰਕੀ ਨਾਲ ਜਾ ਕੇ ਲਿਆਇਆ ਜੋ ਉਹ ਪਿੰਕੀ ਨਾਲ ਜਾ ਕੇ ਲਿਆਇਆ ਸੀ ਉਹਨੇ ਕਿਚਨ ਚ ਜਾ ਕੇ ਠੰਡੇ ਪਾਣੀ ਦੀ ਬੋਤਲ ਕੱਢੀ ਤੇ ਮੂੰਹ ਲਾ ਕੇ ਪਾਣੀ ਪੀਤਾ ਤੇ ਬੂਸਟਰ ਦਾ ਕੈਪਸੂਲ ਅੰਦਰ ਨਿਗਲ ਲਿਆ ਉਹ ਆਪਣੇ ਕਮਰੇ ਚ ਜਾ ਕੇ ਬੈੱਡ ਤੇ ਪੈ ਗਿਆ ਨਸ਼ਾ ਉਹਨੂੰ ਚੜਨ ਲੱਗ ਪਿਆ ਹੌਲੀ ਹੌਲੀ ਜਿਵੇਂ ਉਹ ਹਲਕਾ ਹੋ ਰਿਹਾ ਸੀ ਫਿਰ ਜਿਵੇਂ ਉਹ ਬਦਲਾਂ ਚ ਉੱਡਣ ਲੱਗ ਪਿਆ ਉਹ ਜਿਵੇਂ ਹਵਾ ਚ ਨੱਚ ਰਿਹਾ ਸੀ ਅੱਖਾਂ ਉਘੇੜ ਕੇ ਆਲੇ ਦੁਆਲੇ ਦੇਖਿਆ ਕਿ ਇਹ ਤਾਂ ਉਸੇ ਦਾ ਹੀ ਕਮਰਾ ਹੈ ਠੜਕਦੇ ਪੈਰਾਂ ਨਾਲ ਮਸਾ ਉੱਠ ਕੇ ਉਹ ਸ਼ੀਸ਼ੇ ਮੂਰੇ ਜਾ ਖੜਾ ਹੋਇਆ ਆਦਮ ਕਦ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖ ਕੇ ਜਿਵੇਂ ਉਹਨੇ ਆਪਣੇ ਆਪ ਨੂੰ ਹੀ ਹਾਕ ਮਾਰੀ ਅੰਕੋ ਰੰਕਰ ਉਹ ਹਾਕਾ ਮਾਰ ਰਿਹਾ ਸੀ ਕਿ ਤੂੰ ਮੇਰੇ ਨਾਲ ਰੁੱਸ ਗਿਆ ਚੱਲ ਜਾ ਕੇ ਪਿੰਕੀ ਨੂੰ ਫੋਨ ਕਰ ਤੇ ਡਿਗਦਾ ਡਗਾਉਂਦਾ ਬੈੱਡ ਤੇ ਬੈਠ ਗਿਆ ਉਹ ਪਿੰਕੀ ਨੂੰ ਫੋਨ ਕਰਨ ਲੱਗਾ ਉਹ ਕਹਿ ਰਹੀ ਸੀ ਕਿ ਸਵਰਗ 'ਚੋਂ ਬੋਲ ਰਿਹਾ ਲੱਗਦਾ ਬੂਸਟਰ ਖਾ ਲਿਆ ਮੈਂ ਤਾਂ ਇਸ ਵੇਲੇ ਮੰਮਾ ਡੈਡੀ ਨਾਲ ਕਾਰ ਪਸੰਦ ਕਰਨ ਜਾ ਰਹੀਆਂ ਕੱਲ ਮਿਲਾਂਗੇ ਬਾਏ ਬਾਏ ਅੰਕੁਰ ਉੱਥੇ ਬੈੱਡ ਤੇ ਟੇਡਾ ਹੋ ਗਿਆ ਸੁਤ ਨਿੰਦਰੇ ਚ ਉਹ ਪਤਾ ਨਹੀਂ ਕਿੱਥੇ ਕਿੱਥੇ ਪਾਉਂਦਾ ਇੰਡੀਆ ਪਹੁੰਚ ਗਿਆ ਉਹਨੇ ਦੀਪਕ ਨੂੰ ਵੀ ਲੱਭ ਲਿਆ ਥੜਕ ਦੀ ਆਵਾਜ਼ ਚ ਕਹਿਣ ਲੱਗਾ ਕਿ ਦੀਪਕ ਤੂੰ ਕਿੱਥੇ ਹੈ ਚੱਲ ਮੰਮਾ ਡੈਡੀ ਤੋਂ ਚੋਰੀੋਂ ਨਹਿਰ ਤੇ ਨਹਾਉਣ ਚਲੀਏ ਮੈਨੂੰ ਬੜੀ ਗਰਮੀ ਲੱਗ ਰਹੀ ਹੈ ਮੰਮਾ ਡੈਡੀ ਪਤਾ ਨਹੀਂ ਕਿੱਥੇ ਚਲੇ ਗਏ ਨੇ ਤੇ ਡੋਨੀ ਵੀ ਹੌਸਟਲ ਚਲੀ ਗਈ ਹੈ ਮੈਂ ਇੱਥੇ ਬਿਲਕੁਲ ਇਕੱਲਾ ਹੋ ਗਿਆ ਫਿਰ ਪਤਾ ਨਹੀਂ ਕਦੋਂ ਡੂੰਗੀ ਨੀਂਂਹ ਤੇ ਚਲਾ ਗਿਆ ਅੰਕੁਰ ਈਉਂ ਹੀ ਅੰਕੁਰ ਬੰਦਲੇਆ ਵਾਂਗ ਸਾਰੇ ਕੰਮ ਕਰ ਰਿਹਾ ਸੀ ਤੇ ਜਿਉਂ ਜਿਉਂ ਵੀ ਰਿਹਾ ਸੀ ਪਿੰਕੀ ਉਹਨੂੰ ਹੁਣ ਘਟ ਮਿਲਣ ਲੱਗ ਪਈ ਸੀ ਉਹਨੇ ਹੋਰ ਵੀ ਦੋਸਤ ਬਣਾ ਲਏ ਸਨ ਅੰਕੁਰ ਹੁਣ ਕੰਮ ਤੇ ਜ਼ਿਆਦਾ ਜਾਣ ਲੱਗ ਪਿਆ ਵਾਈਨ ਸ਼ਾਪ ਵਾਲੀ ਔਰਤ ਨਾਲ ਉਹਨੇ ਸਿੱਧਾ ਰابطਾ ਬਣਾ ਲਿਆ ਸੀ ਪਹਿਲਾਂ ਉਹ ਕਦੇ-ਕਦੇ ਬੂਸਟਰ ਲੈਂਦਾ ਸੀ ਪਰ ਹੁਣ ਉਹ ਅਕਸਰ ਹੀ ਲੈਣ ਲੱਗ ਪਿਆ ਉਹਨੂੰ ਇਹ ਵੀ ਚੰਗਾ ਨਾ ਲੱਗਦਾ ਕਿ ਪਿੰਕੀ ਹੋਰ ਨਾ ਮੁੰਡਿਆਂ ਨਾਲ ਧੁਰੀ ਫਿਰਦੀ ਰਹੇ ਪਿੰਕੀ 18 ਸਾਲਾਂ ਦੀ ਹੋ ਗਈ ਸੀ ਇਸ ਕਰਕੇ ਅੰਕੁਰ ਉਹਨੂੰ ਕੁਝ ਆਖ ਵੀ ਨਹੀਂ ਸੀ ਸਕਦਾ ਤੇ ਪਿੰਕੀ ਦੇ ਡੈਡੀ ਨੇ ਜਦੋਂ ਅੰਕੁਰ ਬਾਰੇ ਪਿੰਕੀ ਤੋਂ ਪੁੱਛਿਆ ਤਾਂ ਪਿੰਕੀ ਨੇ ਕਿਹਾ ਕਿ ਉਹ ਤਾਂ ਮੇਰੀ ਬਚਪਨ ਦੀ ਸਟੂਪਿਡਿਟੀ ਸੀ ਨਾ ਉਸ ਕੋਲ ਚੰਗੀ ਜੌਬ ਹੈ ਤੇ ਨਾ ਉਹਨਾਂ ਦਾ ਕੋਈ ਚੰਗਾ ਕਾਰੋਬਾਰ ਹੈ ਪਿੰਕੀ ਦੇ ਡੈਡੀ ਨੂੰ ਲੱਗਿਆ ਕਿ ਪਿੰਕੀ ਠੀਕ ਕਹਿ ਰਹੀ ਹੈ ਪਹਿਲਾਂ ਤਾਂ ਉਹਦੇ ਡੈਡੀ ਨੇ ਸੋਚਿਆ ਕਿ ਪਿੰਕੀ ਸ਼ਾਇਦ ਅੰਕੁਰ ਨੂੰ ਪਸੰਦ ਕਰਦੀ ਹੋਵੇ ਤੇ ਉਸ ਨਾਲ ਹੀ ਸ਼ਾਦੀ ਕਰੇ ਪਰ ਹੁਣ ਉਹਨਾਂ ਨੂੰ ਲੱਗਿਆ ਕਿ ਪਿੰਕੀ ਜਜ਼ਬਾਤੀ ਹੋ ਕੇ ਗਲਤ ਫੈਸਲਾ ਨਹੀਂ ਕਰ ਰਹੀ ਇਹ ਚੰਗੀ ਗੱਲ ਹੈ ਇੱਕ ਦਿਨ ਅੰਕੁਰ ਨੇ ਫਿਲਮ ਦੇਖਣ ਜਾਂਦੇ ਹੋਏ ਪਿੰਕੀ ਨੂੰ ਪੁੱਛਿਆ ਪਿੰਕੀ ਫਰੈਂਡਸ ਭਾਵੇਂ ਜਿੰਨੇ ਮਰਜ਼ੀ ਬਣਾ ਲਈ ਪਰ ਵਿਆਹ ਤਾਂ ਮੇਰੇ ਨਾਲ ਹੀ ਕਰਨਗੇ ਨਾ ਇਹ ਸੁਣ ਕੇ ਉਹ ਹੱਸ ਪਈ ਤੇ ਕਹਿਣ ਲੱਗੀ ਅਜਾਈ ਪਤੀ ਵਰਤਾ ਤਾਂ ਤੈਨੂੰ ਇੰਡੀਆ ਤੋਂ ਹੀ ਲੱਭ ਕੇ ਲਿਆਉਣੀ ਪੈਗੀ ਆਪਾਂ ਤਾਂ ਲਾਈਫ ਇੰਜੋਏ ਕਰਨੀ ਹੈ ਵਿਆਹ ਦਾ ਤਾਂ ਆਪਣਾ ਕੋਈ ਇਰਾਦਾ ਨਹੀਂ ਅੰਕੁਰ ਨੂੰ ਇਹ ਸੁਣ ਕੇ ਬਹੁਤ ਝਟਕਾ ਲੱਗਿਆ ਕਹਿਣ ਲੱਗਾ ਪਰ ਤੂੰ ਮੇਰੀ ਫਰੈਂਡ ਤਾਂ ਹਮੇਸ਼ਾ ਰਹੇਂਗੀ ਨਾ ਮੈਂ ਕੋਈ ਵੀ ਕਮਿਟਮੈਂਟ ਕਰਨ ਜਾਂ ਕਰਵਾਉਣ ਦੇ ਹੱਕਚ ਨਹੀਂ ਮੇਰੀ ਸੋਚ ਇਹ ਹੈ ਕਿ ਜਿੰਨਾ ਚਿਰ ਤੁਹਾਡਾ ਕਿਸੇ ਦੇ ਕਲੋਜ਼ ਰਹਿਣ ਨੂੰ ਜੀ ਕਰਦਾ ਰਹੇ ਰਹੋ ਨਹੀਂ ਤਾਂ ਆਪਣੇ ਰਵ ਪੋ ਪਿੰਕੀ ਨੇ ਜਦੋਂ ਇਹ ਕਿਹਾ ਤਾਂ ਅੰਕੁਰ ਚੁੱਪ ਹੀ ਰਿਹਾ ਸਿਨੇਮੇ ਚੋਂ ਪਿੰਕੀ ਦਾ ਹੱਥ ਫੜ ਕੇ ਬੈਠਾ ਰਿਹਾ ਫਿਲਮ ਵੀ ਉਹਨੂੰ ਠੀਕ ਤਰ੍ਹਾਂ ਸਮਝ ਨਹੀਂ ਸੀ ਆ ਰਹੀ ਪਿੰਕੀ ਨੇ ਸਿਨੇਮੇ ਦੇ ਬਾਹਰ ਆਪਣੇ ਦੋਸਤ ਹੈਰੀ ਨਾਲ ਉਹਨੂੰ ਮਿਲਾਇਆ ਹੈਰੀ ਉੱਚਾ ਲੰਬਾ ਜਵਾਨ ਸੀ ਅੰਕੁਰ ਨੂੰ ਉਹਦੇ ਸਾਹਮਣੇ ਆਪਣਾ ਪਤੁਛ ਜਪਿਆ ਉਹਨੂੰ ਲੱਗਿਆ ਕਿ ਹੈਰੀ ਵਰਗੇ ਮੁੰਡੇ ਨੂੰ ਛੱਡ ਕੇ ਪਿੰਕੀ ਮੇਰੇ ਨਾਲ ਵਿਆਹ ਕਿਉਂ ਕਰੇਗੀ ਫਿਰ ਅੰਕੁਰ ਨੇ ਆਪ ਹੀ ਸੋਚ ਲਿਆ ਕਿ ਵਿਆਹ ਨਾਲ ਸਹੀ ਦੋਸਤੀ ਸਹੀ ਕੁਝ ਦਿਨਾਂ ਮਗਰੋਂ ਨੂੰ ਪਤਾ ਲੱਗਾ ਕਿ ਪਿੰਕੀ ਦੀ ਹੈਰੀ ਨਾਲ ਸਗਾਈ ਹੋ ਗਈ ਹੈ ਇਹਨਾਂ ਦਿਨਾਂ 'ਚ ਉਹਦੇ ਨਾਨੀ ਜੀ ਗੁਜ਼ਰ ਗਏ ਸੰਸਕਾਰ ਵੀ ਹੋ ਗਿਆ ਭੋਗ ਵੀ ਪੈ ਗਿਆ ਪਰ ਅੰਕੁਰ ਦਾ ਦਿਲ ਮੁਰਝਾ ਜਾਇਆ ਗਿਆ ਉਹ ਗਲ ਗਲ ਤੇ ਅੱਖਾਂ ਪਰ ਲੰਦਾ ਸੀ। ਸੁਰਿੰਦਰ ਨੂੰ ਲੱਗਿਆ ਕਿ ਸ਼ਾਇਦ ਵਿੱਚੋਂ ਵਿੱਚ ਹੀ ਅੰਕੁਰ ਨਾਨਾ ਨਾਨੀ ਨਾਲ ਅਟੈਚ ਹੋਵੇ। ਉਹਨੂੰ ਸਮਝਾਉਂਦੀ ਕਿ ਦੇਖ ਮੈਂ ਤਾਂ ਨਹੀਂ ਰੋਂਦੀ। ਭਾਵੇਂ ਮੇਰੀ ਮਾਂ ਸੀ। ਬਜ਼ੁਰਗਾਂ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੁੰਦਾ ਹੈ। ਅੰਕੁਰ ਨੂੰ ਆਪ ਨੂੰ ਹੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹਦਾ ਜੀ ਐਡਾ ਪਤਲਾ ਕਿਵੇਂ ਹੋ ਗਿਆ ਸੀ। ਪਿੰਕੀ ਇੱਕ ਅੱਧੀ ਵਾਰੀ ਉਹਨੂੰ ਮਿਲਣ ਆਈ। ਉਹ ਹਰ ਵਾਰੀ ਹੈਰੀ ਬਾਰੇ ਪੁੱਛਦਾ ਰਿਹਾ। ਇੱਕ ਦਿਨ ਪਿੰਕੀ ਨੇ ਹੱਸ ਕੇ ਪੁੱਛਿਆ ਕਿ ਤੈਨੂੰ ਕਿਤੇ ਹੈਰੀ ਨਾਲ ਜੈਲਸੀ ਤੇ ਨਹੀਂ ਹੋ ਗਈ? ਤੋਨੇ ਕਿਹਾ ਕਿ ਮੇਰਾ ਜੀ ਕਰਦਾ ਹੈ ਕਿ ਹੈਰੀ ਦਾ ਐਕਸੀਡੈਂਟ ਹੋ ਜਾਏ ਕੋਈ ਉਹਨੂੰ ਮਾਰ ਦੇ ਬਸ ਉਹ ਕਿਧਰੇ ਵੀ ਨਾ ਹੋਵੇ ਅੰਕੁਰ ਨੇ ਜਦੋਂ ਕਿਹਾ ਤਾਂ ਪਿੰਕੀ ਹੈਰਾਨ ਹੋ ਗਈ ਤੇ ਉਸ ਵੱਲ ਝਾਕੀ ਤੇ ਗੁੱਸੇ 'ਚ ਕਹਿਣ ਲੱਗੀ ਕਿ ਯੂ ਆਰ ਅ ਸੈਂਟੀਮੈਂਟਲ ਫੂਲ ਨਾਰਾਜ਼ ਹੋਣ ਕਰਕੇ ਬਹੁਤ ਦਿਨ ਤੱਕ ਪਿੰਕੀ ਉਹਨੂੰ ਮਿਲਣ ਹੀ ਨਾ ਆਈ ਨਾਨੀ ਦੀ ਮੌਤ ਮਗਰੋਂ ਮਾਂ ਹੋਰ ਬਹੁਤ ਟਾਈਮ ਨਾਨੇ ਕੋਲ گزارਣ ਲੱਗ ਪਈ ਕੁਲਦੀਪ ਸ਼ਰਾਬ ਅੱਗੇ ਨਾਲੋਂ ਵੱਧ ਪੀਣ ਲੱਗ ਪਿਆ ਨੋਨੀ ਪੜ੍ਹਾਈ ਛੱਡ ਕੇ ਜੌਬ ਕਰਨ ਲੱਗ ਪਈ ਸੀ ਇੱਕ ਦਿਨ ਕੁਲਦੀਪ ਜਦੋਂ ਤਿਆਰ ਹੋ ਕੇ ਦਫ਼ਤਰ ਜਾਣ ਲੱਗਿਆ ਤਾਂ ਅੰਕੁਰ ਨੇ ਉਹਦੇ ਕੋਲ ਜਾ ਕੇ ਆਖਿਆ ਡੈਡ ਮੇਰਾ ਕਿਸੇ ਇੰਡੀਅਨ ਕੁੜੀ ਨਾਲ ਵਿਆਹ ਕਰ ਦਿਓ ਯਾਰ ਤੂੰ ਤਾਂ ਕਮਾਲ ਕਰਤੀ ਤੂੰ ਇੰਨਾ ਸਿਆਣਾ ਕਿਵੇਂ ਹੋ ਗਿਆ ਮੈਂ ਤੇ ਤੇਰੀ ਮੰਮਾ ਇਹੀ ਚਾਹੁੰਦੇ ਸੀ ਕਿ ਤੇਰਾ ਵਿਆਹ ਕਿਸੇ ਇੰਡੀਅਨ ਕੁੜੀ ਨਾਲ ਕਰੀਏ ਇਧਰਲੀਆ ਕੁੜੀਆਂ ਨਾਲ ਵਿਆਹ 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 ਨਹੀਂ ਹੁੰਦਾ ਲਓ ਸੁਰਿੰਦਰ ਵੀ ਆ ਗਿਆ ਇਹਨੂੰ ਖੁਸ਼ਖਬਰੀ ਦੱਸਦੇ ਆਂ ਕੁਲਦੀਪ ਨੇ ਖੁਸ਼ ਹੋ ਕੇ ਕਿਹਾ ਮੈਂ ਤਾਂ ਆਖਣਾਈ ਸੀ ਕਿ ਦੁਪਹਿਰੇ ਪਾਪਾ ਦਾ ਚੈੱਕਅਪ ਕਰਾਉਣ ਲਈ ਜਾਣਾ ਹੈ ਕੋਈ ਜਾਣਾ ਮੇਰੇ ਨਾਲ ਛੱਲੇ ਮੈਂ ਆ ਜਾਾਂਗਾ ਪਰ ਪਹਿਲਾਂ ਖੁਸ਼ਖਬਰੀ ਤਾਂ ਸੁਣ ਕੁਲਦੀਪ ਨੇ ਕਿਹਾ ਕਿਹੜੀ ਖੁਸ਼ਖਬਰੀ ਸੁਰਿੰਦਰ ਨੇ ਪੁੱਛਿਆ ਇਹੀ ਕਿ ਅੰਕੁਰ ਕਿਸੇ ਇੰਡੀਅਨ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਬੜੀ ਚੰਗੀ ਗੱਲ ਹੈ ਤੁਸੀਂ ਅੱਜ ਹੀ ਇੰਡੀਆ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਨੂੰ ਫੋਨ ਕਰਕੇ ਆਖੋ ਕਿ ਅੰਕੁਰ ਦੇ ਵਿਆਹ ਲਈ ਕੋਈ ਚੰਗੀ ਜੀ ਕੁੜੀ ਲੱਭਣ ਅਸੀਂ ਵਿੰਟਰ 'ਚ ਆ ਕੇ ਵਿਆਹ ਕਰ ਲਾਂਗੇ ਸਰਿੰਦਰ ਕਹਿਣ ਲੱਗੀ ਅੰਕੁਰ ਦੇ ਮਮਾ ਡੈਡ ਖੁਸ਼ ਸਨ ਕਿ ਇੰਡੀਅਨ ਕੁੜੀ ਆਉਗੀ ਅੰਕੁਰ ਨੂੰ ਸੁਧਾਰੇਗੀ ਘਰ ਸੰਭਾਲੇਗੀ ਇੰਡੀਆ ਤੋਂ ਉਹਨਾਂ ਦੇ ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਨੇ ਉਹਨਾਂ ਨੂੰ ਕੁੜੀਆਂ ਦੇ ਬਾਇਓ ਡਾਟੇ ਤੇ ਤਸਵੀਰਾਂ ਭੇਜੀਆਂ ਯਾਰ ਅਨਕਰ ਤੂੰ ਕੋਈ ਆਪਣੀ ਪਸੰਦ ਦੀ ਕੁੜੀ ਚੁਣ ਅੰਕੁਰ ਦੇ ਪਾਪਾ ਨੇ ਉਹਨੂੰ ਤਸਵੀਰਾਂ ਵਿਖਾਉਂਦੇ ਕਿਹਾ ਤੁਸੀਂ ਆਪ ਹੀ ਚੁਣ ਲਓ ਅੰਕੁਰ ਬੋਲਿਆ ਨਹੀਂ ਯਾਰ ਅਨਕਰ ਆਪਣੀ ਵਾਰੀ ਮੈਂ ਆਪ ਚੁਣ ਲਈ ਸੀ ਹੁਣ ਤੇਰੀ ਵਾਰੀ ਹੈ ਚਲੋ ਜਿਹੜੀ ਮੰਮਾ ਨੂੰ ਪਸੰਦ ਆ ਜਾਏ ਉਹੀ ਠੀਕ ਐ ਅੰਕੁਰ ਬੋਲਿਆ ਸੁਰਿੰਦਰ ਨੇ ਇੱਕ ਸਧਾਰਨ ਪਰਿਵਾਰ ਦੀ ਪੜ੍ਹੀ ਲਿਖੀ ਸੋਹਣੀ ਕੁੜੀ ਪਸੰਦ ਕਰ ਲਈ ਸਤੰਬਰ ਚੰਡੀਆ ਆ ਕੇ ਅੰਕੁਰ ਦਾ ਵਿਆਹ ਕਿਰਨ ਨਾਲ ਕਰ ਦਿੱਤਾ ਗਿਆ ਅੰਕੁਰ ਵਰਟੀ ਲੈ ਕੇ ਹਨੀਮੂਨ ਲਈ ਕਸ਼ਮੀਰ ਚਲਾ ਗਿਆ ਸੁਰਿੰਦਰ ਰਿਸ਼ਤੇਦਾਰਾਂ ਨੂੰ ਮਿਲਣ ਤੇ ਲੈਣ ਦੇਣ ਦੇ ਕੰਮ ਕਰਦੀ ਰਹੀ ਕੁਲਦੀਪ ਸੋਚਦਾ ਸੀ ਕਿ ਜੇ ਇੱਥੇ ਨੋਨੀ ਲਈ ਵੀ ਕੋਈ ਚੰਗਾ ਜਿਹਾ ਮੁੰਡਾ ਮਿਲ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ ਧੰਨਵਾਦ